ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਸਵਲীন ਕੌਰ ਜਸੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀ ਦਰਨਜੀਤ ਸਿੱਧੂ ਸ਼ੋਅ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੇ ਪ੍ਰਸਿੱਧ ਲੇਖਕ ਪ੍ਰੋਫੈਸਰ ਗੁਰਪ੍ਰਜਨ ਸਿੰਘ ਗਿੱਲ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਵਿਚਾਰ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਵੀ ਕਰਦੇ ਹਾਂ ਗਿੱਲ ਸਾਹਿਬ ਲੁਧਿਆਣਾ ਤੋਂ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਸਵਲীন ਸਤਿ ਸ਼੍ਰੀ ਅਕਾਲ ਬੁੱਤੋ ਤੁਹਾਡੇ ਰਾ ਯੂਨਾਈਟਿਡ ਨੇਸ਼ਨਲ ਦੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਣ ਹੋਵੇ ਜੀ ਸਰ ਅੱਜ ਦੀ ਗੱਲਬਾਤ ਦਾ ਜਿਹੜਾ ਦੌਰ ਸ਼ੁਰੂ ਕਰਦੇ ਆ ਅੱਜ ਦਾ ਮੇਰਾ ਪਹਿਲਾ ਸਵਾਲ ਇਹ ਆ ਕਿ ਜਿਹੜੀ ਅੱਜ ਕੇਂਦਰ ਦੀ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਆ ਤੇ ਉਹ ਮੀਟਿੰਗ ਫੇਰ ਕਿਸੇ ਤਣਪੱਤਣ ਨਹੀਂ ਲੱਗੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਓ ਬੇਟੇ ਅੱਜ ਮੀਟਿੰਗ ਤਾਂ ਵਰਚੂਅਲੀ ਹੋਈ ਹੀ ਨਹੀਂ ਮੈਂ ਤੇ ਕਵਾਂਗਾ ਕਿ ਮੀਟਿੰਗ ਨਹੀਂ ਸੀ ਇਹ ਤਾਂ ਜਸਟ ਇੱਕ ਮਿਲਣੀ ਸੀ ਮੀਟਿੰਗ ਦੇ ਵਿੱਚ ਤਾਂ ਵਿਚਾਰ ਦਾ ਵਟਾਂਦਰਾ ਹੁੰਦਾ ਜਿਹੜਾ ਵਟਾਂਦਰਾ ਹੋ ਨਹੀਂ ਸਕਿਆ ਕਿਉਂਕਿ ਜਿਹੜੀ ਗੱਲ ਜਿੱਥੋਂ ਸ਼ੁਰੂ ਹੋਈ ਸੀ ਉੱਥੇ ਦੀ ਉੱਥੇ ਜੇ ਖੜ ਗਿਆ ਕੇ ਰੁਕ ਜਾਵੇ ਦੁਬਾਰਾ ਕੋਤੀ ਬੋਰਡ ਥਲੇ ਆ ਜਾਵੇ ਤਾਂ ਉਹਨੂੰ ਸਫਰ ਨਹੀਂ ਕਿਹਾ ਜਾਂਦਾ ਉਹ ਤਾਂ ਐਵੇਂ ਕਦਮ ਤਾਲ ਜਿਵੇਂ ਫੌਜ ਵਾਲੇ ਕਰਾਉਂਦੇ ਹੁੰਦੇ ਨੇ ਖੜੇ ਖੜੇ ਆਪਣੇ ਪੈਰ ਹਲਾਈ ਜਾਓ ਉਸ ਕਿਸਮ ਦੀ ਸਾਰੀ ਐਕਸਰਸਾਈਜ਼ ਲੱਗੀ ਐ ਮੈਨੂੰ ਕਿਉਂਕਿ ਜਿਸ ਜਿਸ ਮੰਗ ਨੂੰ ਲੈ ਕੇ ਕਿ ਤਿੰਨੇ ਕਾਨੂੰਨ ਜਿਹੜੇ ਖੇਤੀ ਨਾਲ ਸੰਬੰਧਿਤ ਪਾਸ ਕੀਤੇ ਨੇ ਪਾਰਲੀਮੈਂਟ ਨੇ ਉਹਨਾਂ ਦੀ ਰੱਦੀ ਰੱਦ ਕਰਨ ਦੀ ਇੱਕ ਜਿਹੜੀ ਮੰਗ ਹੈ ਪ੍ਰਮੁਖਤਾ ਦੇ ਵਿੱਚ ਤਾਂ ਉਹ ਹੀ ਉੱਥੋਂ ਗੱਲ ਸ਼ੁਰੂ ਹੁੰਦੀ ਸਾਰੀ ਔਰ ਜਦੋਂ ਗਵਰਨਮੈਂਟ ਆਫ ਇੰਡੀਆ ਦੇ ਤਿੰਨ ਨੁਮਾਇੰਦਿਆਂ ਨੇ ਗੱਲ ਕਹਿ ਦਿੱਤੀ ਕਿ ਅਸੀਂ ਉਹ ਕਾਨੂੰਨ ਤਾਂ ਰੱਦ ਕਰਨੇ ਨਹੀਂ ਹੋਰ ਦੱਸੋ ਕੀ ਕਰਾਉਣਾ ਸੋਧਾਂ ਜਿਹੜੀਆਂ ਕਰਾਉਣੀਆਂ ਕਰਾ ਦਿਓ ਉਹਨਾਂ ਜਿਹੜੀ ਗੱਲ ਸਮਝਣ ਯੋਗ ਹੈ ਜਿਹੜੀ ਗੱਲ ਸਮਝ ਲਓ ਕਿ ਹਰ ਤਰ੍ਹਾਂ ਨਾਲ ਕਿਸੇ ਤੋਂ ਵੀ ਲੋਕੀਸ਼ੀਪੀ ਨਹੀਂ ਕਿ ਜਿਹੜੇ ਨੁਕਤੇ ਸਟੇਟ ਲਿਸਟ ਵਿੱਚ ਨੇ ਉਹਨਾਂ ਦੇ ਬਾਰੇ ਵਿਧਾਨਕ ਕੋਈ ਵੀ ਫੈਸਲਾ ਕਰਨਾ ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਅਧਿਕਾਰ ਖੇਤਰ ਦਾ ਹੀ ਨਹੀਂ ਹਿੱਸਾ ਹੈਗਾ ਉਹ ਵਪਾਰ ਦੀ ਮੱਧ ਦੇ ਅਧੀਨ ਜੇ ਤੋਂ ਕਰਨਗੇ ਫੈਸਲਾ ਤਾਂ ਕੁਦਰਤੀ ਗੱਲ ਹੈ ਉਹ ਇਨਫਰਿੰਜਮੈਂਟ ਹੋਏਗੀ ਉਸ ਵਿਸ਼ਵਾਸ ਦੀ ਜਿਹੜਾ ਵਿਸ਼ਵਾਸ ਵਿਧਾਨ ਦੇ ਵਿੱਚ ਹਰ ਆਦਮੀ ਨੂੰ ਇਸ ਵਕਤ ਆਇਆ ਜਿਹੜਾ ਸਮਝਦਾ ਹੈ ਕਿ ਸਾਡਾ ਵਿਧਾਨ ਜਿਹੜਾ ਸਾਡੀ ਰਖਵਾਲੀ ਵਾਸਤੇ ਹੈ ਤੇ ਜੇ ਮਤਲਬ ਜਿਵੇਂ ਹੁੰਦੇ ਨੇ ਧੱਕੇ ਨਾਲ ਹੀ ਜ਼ਬਰਦਸਤੀ ਨਾਲ ਹੀ ਜੇ ਤੁਸੀਂ ਅਗਲੇ ਦੀ ਰਹਿਲ ਵੱਡ ਲਵੋ ਨਾਲ ਦੇ ਦਾ ਬੰਨਾ ਵੱਢ ਕੇ ਤੁਸੀਂ ਲਾ ਲਓ ਆਪਣੀ ਪੈਲੀ ਚ ਤੇ ਉਸ ਕਿਸਮ ਦੀ ਗੱਲ ਹੈ ਤੇ ਜਿਹਦਾ ਖਿਲਾਫ ਮਤਲਬ ਇੱਕ ਆਵਾਜ਼ ਸਾਰੀ ਉੱਠਦੀ ਹੈ ਜਿਹੜੀ ਉੱਠਣੀ ਤਾਂ ਚਾਹੀਦੀ ਸਿਆਸਤਾਂ ਨਾਲੋਂ ਪੋਲੀਟਿਕਲ ਪਾਰਟੀਆਂ ਜਿਹੜੀਆਂ ਖਾਸ ਕਰਕੇ ਜਿਹੜੀਆਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੀਆਂ ਨੇ ਜਿੱਥੇ ਕਿਤੇ ਵੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਹਨਨ ਹੋਇਆ ਜਿੱਥੇ ਕਿਤੇ ਵੀ ਉਹਦਾ ਵਿੱਚ ਕਟਾਓ ਹੋਇਆ ਕਾਟ ਹੋਈ ਹੈ ਜਾਂ ਖੋਰਾ ਲੱਗਿਆ ਉਥੇ ਬਣਦਾ ਤਾਂ ਸੀ ਉਹਨਾਂ ਲੋਕਾਂ ਦਾ ਬੋਲਣਾ ਪਰ ਉਹ ਮੋਝ ਘੁੰਗਣੀਆਂ ਪਾ ਕੇ ਬੈਠੇ ਨੇ ਉਹਨਾਂ ਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਲੜਾਈ ਕਿਹੜੀ ਲੜਨੀ ਚਾਹੁੰਦੇ ਨੇ ਯਾ ਤਾਂ ਉਹਨਾਂ ਦੀਆਂ ફરਜ਼ਾਂ ਇੰਡੀਆਂ ਵੱਡੀਆਂ ਹੋ ਗਈਆਂ ਫਰਜ਼ਾਂ ਨਾਲੋਂ ਕਿ ਉਹਨਾਂ ਵਾਸਤੇ ਇਹ ਸਵਾਲ ਸਵਾਲ ਹੀ ਨਹੀਂ ਰਹਿ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਇੱਕ ਮਿੰਟ ਆਪਾਂ ਇਹ ਕੱਲ ਸੋਚ ਨਾ ਵੀ ਸੋਚੀਏ ਕਿ ਅਡਾਨੀਜ਼ ਜਾਂ ਵਾਨੀਜ਼ ਨੂੰ ਫਾਇਦਾ ਬੈਨੀਫਿਟ ਹੋਣਾ ਹੈ ਜਾਂ ਕਿਸੇ ਹੋਰ ਘਰਾਣੇ ਨੂੰ ਫਾਇਦਾ ਹੋਣਾ ਹੈ ਆਪਾਂ ਇਸ ਤਰ੍ਹਾਂ ਲੈਨੇ ਆ ਕਿ ਜੇ ਖੇਤੀਬਾੜੀ ਸੈਕਟਰ ਦੇ ਵਿੱਚ ਪ੍ਰਾਈਵੇਟ ਜਿਹੜਾ ਇੰਟਰਪਰਿਨਿਓਰ ਹੁੰਦਾ ਹੈ ਖਾਸ ਕਰਕੇ ਵਪਾਰ ਦੇ ਵਿੱਚ ਸਮਝੌਤੇ ਦੀ ਜਿਹੜੀ ਹੈਗੀ ਹੈ ਕੰਟਰੈਕਚੁਅਲ ਫਾਰਮਿੰਗ ਆਉਂਦੀ ਹੈ ਇਹ ਮੰਡੀਕਰਨ ਦੇ ਵਿੱਚ ਉਹ ਆਪਣਾ ਹਿੱਸਾ ਵਧਾਉਂਦਾ ਹੈ ਤਾਂ ਉਹ ਅਲਟੀਮੇਟਲੀ ਜਿਹੜਾ ਸਟੇਟ ਦਾ ਇੱਕ ਬਿਲਕੁਲ ਜਿਹੜਾ ਬਕਾਇਦਾ ਪਈ ਨਾ ਚੱਲ ਰਿਹਾ ਨਿਜ਼ਾਮ ਹੈ ਉਹਨੂੰ ਖੋਰਾ ਲਾ ਕੇ ਤੇ ਇੱਕ ਨਵਾਂ ਨਿਜ਼ਾਮ ਉਹ ਸਾਰੰਦੇ ਰਾ ਤੁਰੇਗਾ ਇਹ ਕੇਸ ਜੇ ਕਾਮਯਾਬ ਨਹੀਂ ਹੁੰਦਾ ਤਾਂ ਜਿਹੜਾ ਸਟੇਟ ਨੇ ਹੁਣ ਤੱਕ ਆਪਣਾ ਵੱਖ-ਵੱਖ ਸੂਬਿਆਂ ਦੇ ਵਿੱਚ ਨਿਜ਼ਾਮ ਸਾਰਿਆ ਖਾਸ ਕਰਕੇ ਤਿੰਨ ਸੂਬਿਆਂ ਦੇ ਵਿੱਚ ਪੰਜਾਬ ਹਰਿਆਣਾ ਤੇ ਵੈਸਟਰਨ ਯੂਪੀ ਜਿੱਥੇ ਜ਼ਿਆਦਾ ਪਰਚੇਜ਼ ਰਾਈਸ ਤੇ ਵੀਟ ਦੀ ਹੁੰਦੀ ਹੈ ਹੁਣ ਉਹ ਸਾਰਾ ਤਾਣਾ ਬਾਣਾ ਜਿਹੜਾ ਇੱਕਦਮ ਟੈਟੇਰੀ ਹੋਣ ਦੀ ਅਸਰ ਬਣ ਜਾਣਗੇ ਕਿ ਤੁਸੀਂ ਆਪਣੇ ਘਰ ਨੂੰ ਹੀ ਲੈ ਲਓ ਮਿਸਾਲ ਘਰ ਦੇ ਵਿੱਚ ਹੀ ਚਾਰ ਦੇ ਨਾ ਵੜੋ ਤੇ ਉੱਥੇ ਵਿੱਚ ਉਹਨਾਂ ਚਕਾ ਆਉਗ ਪੈਂਦਾ ਜੀ ਇਸ ਕਰਕੇ ਇਹ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਸੋਚਣ ਵਾਲੀਆਂ ਨੇ ਵਿਚਾਰਨ ਵਾਲੀਆਂ ਨੇ ਕਿ ਐਕਸਪੈਰੀਮੈਂਟ ਜਿਹੜਾ ਹੁੰਦਾ ਹੈ ਉਹ ਕੁਝ ਗੇਨੀਫਿਕਸ ਦੇ ਦਿੱਤਾ ਜਾ ਸਕਦਾ ਪੂਰੇ ਸਿਸਟਮ ਨਾਲ ਜੇ ਤੁਸੀਂ ਐਕਸਪੈਰੀਮੈਂਟ ਇਸ ਤਰ੍ਹਾਂ ਦੇ ਕਰਨ ਲੱਗ ਜਾਓਗੇ ਤਾਂ ਉਹ ਐਕਸਪੈਰੀਮੈਂਟ ਕਿਸੇ ਵੇਲੇ ਮਹਿੰਗਾ ਵੀ ਪੈ ਸਕਦਾ ਹੈ ਇਸ ਕਰਕੇ ਉਸ ਬਚਨ ਦੀ ਲੋੜ ਹੈ ਕਿਉਂਕਿ ਸਾਡੀ ਲਗਭਗ 75% ਲੋਕਾਂ ਦੀ ਜਿਹੜੀ ਡਿਪੈਂਡੈਂਸ ਹੈ ਨਿਰਭਰਤਾ ਹੈ ਉਹ ਖੇਤੀਬਾੜੀ ਤੇ ਹੈ ਉਹਦੇ ਕਿਤੇ ਤੇ ਹੈ ਔਰ ਕਿੱਤਾ ਹੀ ਨਹੀਂ ਜਿਹੜਾ ਉਹ ਜੀਵਨ ਵਿਹਾਰ ਹੈ ਉਹਨਾਂ ਦਾ ਉਹ ਖੇਤੀ ਬਿਨਾਂ ਹੋਰ ਕੱਖ ਵੀ ਜਾਣ ਦੇ ਕਰਨਾ ਹੁਣ ਤੁਸੀਂ ਰਾਤੋਂ ਰਾਤ ਉਹਨਾਂ ਨੂੰ ਤੁਸੀਂ ਆਖੋ ਕਿ ਹੁਣ ਤੁਸੀਂ ਆ ਮਾਡਰਨ ਫਾਰਮਿੰਗ ਸ਼ੁਰੂ ਕਰਦੇ ਹੋ ਸੰਭਵੀ ਨਹੀਂ ਜੀ ਰਤੂਰਾਜ ਕਿੱਲੇ ਡੂਡ ਕਿੱਲੇ ਵਾਲੇ ਨੂੰ ਉਹ ਕੰਟਰੈਕਟ ਕਰ ਲੈ ਮਲਟੀਨੈਸ਼ਨਲ ਕੰਪਨੀ ਨਾਲ ਕਿਸੇ ਜਿਆ ਨੈਸ਼ਨਲ ਕੰਪਨੀ ਨਾਲ ਤੇ ਜੇ ਕੱਲ ਨੂੰ ਰੇਡ ਕੱਪ ਪਵੇ ਤੇ ਉਹ ਕੀ 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 ਦੀ ਮਾਰ ਨੂੰ ਮਾਸੀ ਆਖੇਗਾ ਕਿੱਥੇ ਜਾਏਗਾ ਉਹਦੇ ਸਾਰੇ ਰਾਹ ਤੁਸੀਂ ਬੰਦ ਕਰਦੇ ਕਿਸੇ ਕਚਹਿਰੀ ਨਹੀਂ ਜਾ ਸਕਦਾ ਸਿਰ ਐਸਡੀਐਮ ਕੋਲ ਜੀ ਦੇ ਸਕਦਾ ਤੇ ਐਸਡੀਐਮ ਦੇ ਕੋਲ ਉਹਨੇ ਵਿਚਾਰੇ ਨਰਜੀ ਲੈ ਕੇ ਜਾਣਾ ਉੱਥੇ ਜਾਂਦਿਆਂ ਨੂੰ ਜਿਹਨੇ ਦੂਸਰੇ ਮੁਕਾਬਲੇ ਜਿਹਦੇ ਖਿਲਾਫ ਅਰਜੀ ਹੈ ਉਹਨੇ ਕੁਰਸੀ ਤੇ ਬਰਾਬਰ ਬਣ ਕੇ ਬੈਠਾ ਹੋਣਾ ਚਾਹਦਾ ਹੋ ਕੇ ਉੱਥੇ ਜੀ ਚਲੋ ਐਸਡੀਐਮ ਤੋਂ ਬਾਅਦ ਫੈਸਲਾ ਤੁਸੀਂ ਡੀਸੀ ਕੋਲ ਚਲੇ ਜਾਂਦੇ ਹੋ ਹੁਣ ਜਿਹੜਾ ਐਗਜ਼ੈਕਟਿਵ ਹੈੱਡ ਹੈ ਡਿਸਟ੍ਰਿਕਟ ਦਾ ਇਹ ਸਬਡਿਵੀਜ਼ਨ ਦਾ ਉਹਦੇ ਸੁਭਾ ਦਾ ਹਿੱਸੇ ਨਹੀਂ ਹੈਗਾ ਜਿਹੜਾ ਸਪਿਰੈਂਸ ਜਿਹੜਾ ਕਾਨੂੰਨ ਹੈ ਉਹਦਾ ਲਾਗੂ ਕਰਨਾ ਠੀਕ ਹੈ ਤਰੀਕਾ ਲਈ ਵੀ ਜਾਂਦਾ ਪਾਈ ਵੀ ਜਾਂਦਾ ਕੋਰਟਸ ਵੀ ਲਾਉਂਦਾ ਪਰ ਜੋ ਕੰਮ ਜੁਡੀਸ਼ਰੀ ਦਾ ਉਹ ਕੰਮ ਐਗਜ਼ੈਕਟਿਵ ਵਾਲਾ ਬੰਦਾ ਨਹੀਂ ਕਰ ਸਕਦਾ ਕਿਉਂਕਿ ਸਾਡੀਆਂ ਜਿਹੜੀਆਂ ਤਿੰਨ ਹੀ ਖਾਸ ਕਰਕੇ ਜਿਹੜੀਆਂ ਆ ਵਿਧਾਨ ਦੇ ਮੁਤਾਬਕ ਤਿੰਨ ਸ਼ਾਖਾਵਾਂ ਨੇ ਵਿਧਾਨਪਾਲਿਕਾ ਕਾਰਜਪਾਲਿਕਾ ਤੇ ਨਿਆਂਪਾਲਿਕਾ ਇਹਨਾਂ ਦੇ ਆਪ ਆਪਣੀ ਨਿਸ਼ਚਿਤ ਕੰਮ ਨੇ ਡਾਕਟਰ ਪੀ ਮਰਾਓ ਮੇਦਕਰ ਹੁਰ ਸਾਹਿਬ ਨੇ ਐਵੇਂ ਨਹੀਂ ਸੀ ਮਤਲਬ ਵਿਧਾਨ ਦੇ ਵਿੱਚ ਸਾਰੇ ਵਿਧਾਨ ਕਟਨੀ ਕਮੇਟੀ ਦੀ ਮਦਦ ਨਾਲ ਇਹ ਗੱਲਾਂ ਸਾਰੀਆਂ ਉਹ ਸਾਰੀਆਂ ਕਿ ਵਿਧਾਨਪਾਲਿਕਾ ਆਪਣਾ ਕੰਮ ਕਰੇਗੀ ਉਹਦੀ ਆ ਸੀਮਾ ਹੈ ਵਿਧਾਨਪਾਲਿਕਾ ਜਿਹੜੀ ਹੈਗੀ ਹੈ ਉਹਦੇ ਵਿੱਚ ਪਾਰਲੀਮੈਂਟ ਦਾ ਸਟੇਟ ਨਾਲ ਕੋਈ ਦਖਲ ਨਹੀਂ ਹੋਏਗਾ ਸਟੇਟ ਦੇ ਫੈਸਲੇ ਸਟੇਟ ਕਰੇਗੀ ਔਰ ਜਿਹੜੇ ਦੇਸ਼ ਦੇ ਫੈਸਲੇ ਨੇ ਉਹ ਪਾਰਲੀਮੈਂਟ ਕਰੇਗੀ ਜਿਹੜਾ ਰੋਜ਼ਮਰਜ਼ਾ ਕਾਰਜਕਾਰੀ ਕੰਮ ਹੈ ਉਹ ਕਾਰਜਪਾਲਿਕਾ ਕਰੇਗੀ ਤੇ ਜਿਹੜਾ ਵਿਗਾੜ ਪੈ ਜਾਏਗਾ ਜਿੱਥੇ ਕਿਹੜਾ ਟਕਰਾਓ ਹੋਏਗਾ ਉਹਦੇ ਬਾਰੇ ਨਿਆਂਪਾਲਿਕਾ ਫੈਸਲਾ ਕਰੇਗੀ ਹੁਣ ਨਿਆਂਪਾਲਿਕਾ ਤੇ ਕਾਰਜਪਾਲਿਕਾ ਦਾ ਆਪਸ ਚ ਮਿਸ਼ਨ ਕਰਨਾ ਇਹ ਹਮੇਸ਼ਾ ਹੀ ਘਾਤਕ ਹੁੰਦਾ ਹੈ ਖਾਸ ਕਰਕੇ ਇੱਕ ਦੂਸਰੇ ਦੇ ਵਿੱਚ ਜਦੋਂ ਮਿਕਸ ਹੁੰਦੇ ਨੇ ਮਿਸ਼ਰਤ ਹੁੰਦੇ ਨੇ ਆਪਸ ਦੇ ਵਿੱਚ ਜ਼ਿੰਮੇਵਾਰੀਆਂ ਦੇ ਢੋਲ ਸਾਰੇ ਤਾਂ ਸਮਝ ਲਓਗੇ ਉਹਦੇ ਵਿੱਚ ਉਸੇ ਤਰ੍ਹਾਂ ਹੀ ਹੋ ਜਾਂਦਾ ਜਿਵੇਂ ਨਦੀਨ ਨਾਸ਼ਕ ਦਵਾਈ ਜਿਹੜੀ ਹੈ ਜੇ ਕਿਸੇ ਹੋ ਟੋਲ ਚ ਪਾ ਕੇ ਛਿਲਕਾ ਕਰ ਦਿੱਤੀ ਜਾਵੇ ਤੇ ਉਹ ਕਈ ਵਾਰੀ ਪੱਤੇ ਚੌੜੇ ਹੋ ਜਾਂਦੇ ਨੇ ਬਿੱਲੀ ਕੰਨੇ ਜੇ ਹੋ ਜਾਂਦੇ ਆ 240 ਇਹੋ ਜੀ ਇੱਕ ਦਵਾਈ ਹੁੰਦੀ ਮੈਨੂੰ ਯਾਦ ਹੈ ਯੂਨੀਵਰਸਿਟੀ ਨੌਕਰੀ ਕੀਤੀ ਹੈ ਕਿ ਜੇ ਉਹਦੇ ਉਹਦਾ ਉਹਦਾ ਉਹਦੀ ਰਹਿਤ ਖੁੰਦ ਜੇ ਫਰਦ ਕੀਤਾ ਦੂਸਰੇ ਢੋਲ ਚ ਪਾ ਦੀਗੇ ਬਾਅਦ ਚ ਤੇ ਜਿਹੜੇ ਨਰਮੇ ਦੇ ਪੱਤੇ ਨੇ ਉਹ ਬਿੱਲੀ ਕੰਨੇ ਜੇ ਹੋ ਜਾਂਦੇ ਆ ਛੋਟੇ ਛੋਟੇ ਜੇ ਹੋ ਜਾਂਦੇ ਆ ਉਹ ਮਤਲਬ ਨੁਕਸਾਨ ਫਾਇਦਾ ਹੁੰਦਾ ਨੁਕਸਾਨ ਹੋ ਜਾਂਦਾ ਸੋ ਸਾਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਜਿਹੜੀ ਜਿਸ ਦਾ ਕੰਮ ਉਸੇ ਕੋ ਸਾਜੇ ਔਰ ਕਰੇ ਤਾਂ ਠੀਕ ਹੈ ਬਾਜੇ ਵਾਲੀ ਗੱਲ ਉਹ ਕੰਮ ਨਹੀਂ ਹੋਣਾ ਚਾਹੀਦਾ ਪਰ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੂੰ ਰਾਣੀਆਂ ਗੱਟਕ ਕਿਉਂਕਿ ਉਹਨਾਂ ਕੋ ਤਾਕਤ ਹੈ ਤਾਕਤ ਵੀ ਉਹਨਾਂ ਕੋਲ ਅੰਨੀ ਹੈ ਤੇ ਮੈਂ ਅਕਸਰ ਕਹਿੰਦਾ ਹਾਂ ਵੀ ਇੰਨੀ ਤਾਕਤ ਅਕਸਰ ਅੰਨਾ ਕਰ ਦਿੰਦੀ ਹੈ ਜਾਂ ਬਿਲਕੁਲ ਇੱਕ ਪੋਲੀਟੀਕਲ ਸਾਇੰਸ ਦਾ ਇੱਕ ਬੜਾ ਪੁਰਾਣਾ ਵਾਕ ਮੈਨੂੰ ਯਾਦ ਆ ਰਿਹਾ ਕਿ ਪਾਵਰ ਕਰਫਟਸ ਮੈਨ ਐਂਡ ਐਬਸੋਲਿਊਟ ਪਾਵਰ ਕਰਫਟਸ ਮੈਨ ਐਬਸੋਲੂਟਲੀ ਜਿਹੜੀ ਅੰਨੀ ਤਾਕਤ ਹੈ ਉਹ ਅਕਸਰ ਅੰਨਾ ਕਰ ਦਿੰਦੀ ਹੈ ਉਹਦਾ ਨਸ਼ਾ ਬੜਾ ਭਿਆਨਕ ਹੁੰਦਾ ਜਿਹੜਾ ਉੱਤਰ ਦਾ ਜਦੋਂ ਉਦੋਂ ਪਤਾ ਲੱਗਦਾ ਕਿ ਮੈਂ ਕੀ ਕੁਝ ਕਰਦਾ ਰਿਹਾ ਜਦੋਂ ਚੜਿਆ ਆਉਂਦਾ ਮਨਸ਼ਾ ਉਦੋਂ ਚੇਤਾ ਨਹੀਂ ਆਉਂਦਾ ਕਿ ਮੈਂ ਕਿੱਥੇ ਕਿੱਥੇ ਕਿਹੜਾ ਕਿਹੜਾ ਧੱਕਾ ਕਿਹਦੇ ਕਿਹਦੇ ਨਾਲ ਕੀਤਾ ਹੋਇਆ ਸੋ ਇਸ ਕਰਕੇ ਜਿਹੜੀ ਅੱਜ ਦੀ ਮੀਟਿੰਗ ਜਿਹਨੂੰ ਆਪਾਂ ਕਹਿੰਦੇ ਆ ਉਹ ਜਸਟ ਇੱਕ ਮਿਲਣੀ ਸੀ ਉਹਨੂੰ ਅਸੀਂ ਵਿਚਾਰ ਵਟਾਂਦਲੇ ਦਾ ਆਧਾਰ ਨਹੀਂ ਕਹਿ ਸਕਦੇ ਕਿਉਂਕਿ ਜਿੰਨਾ ਚਿਰ ਹੋਇਆ ਉੱਥੇ ਕੈਸ ਕੈਸੀ ਹੋਈ ਉਹਦੇ ਵਿੱਚ ਕੋਈ ਗੱਲ ਕੱਢਣ ਪਾਉਣ ਵਾਲੀ ਨਹੀਂ ਹੋਈ ਕਿਉਂਕਿ ਜਦੋਂ ਇਸ ਗੱਲ ਦਾ ਨਿਤਾਰਾ ਹੀ ਨਹੀਂ ਹੋ ਸਕਿਆ ਕਿ ਤਿੰਨੋਂ ਬਿੱਲਾਂ ਬਾਰੇ ਗੱਲ ਜਿਹੜੀ ਪਹਿਲਾਂ ਰਿਜੈਕਸ਼ਨ ਸਿਲੈਕਸ਼ਨ ਦੀ ਗੱਲ ਹੋ ਚੁੱਕੀ ਮਦਦਰ ਮਦ ਡਿਸਕਸ ਹੋ ਚੁੱਕਿਆ ਉਸ ਨੂੰ ਛੇੜੇ ਹੀ ਨਹੀਂ ਗਿਆ ਤੇ ਐਮਐਸਪੀ ਦੀ ਗੱਲ ਤੋਂ ਸਾਡੇ ਕਿਸਾਨ ਜੀ ਸਭ ਨੇ ਆਗੂ ਇਹ ਕਹਿ ਰਹੇ ਨਾ ਇਹ ਸੀ ਕਰਨੇ ਛੇੜਨੀ ਨਹੀਂ ਸੀ ਜਦੋਂ ਜਦੋਂ ਉਹ ਫੈਸਲਾ ਨਹੀਂ ਕਰਦੇ ਕਿਉਂਕਿ ਲਿਖ ਕੇ ਦੇ ਚੁੱਕੇ ਨੇ ਪਹਿਲਾਂ ਚਾਰ ਵਾਲੀ ਮੀਟਿੰਗ ਤੋਂ ਪਹਿਲਾਂ ਕਿ ਭਾਈ ਸਾਨੂੰ ਤਾਂ ਸੱਦਿਓ ਈਵਨ 3 ਵਾਲੀ ਮੀਟਿੰਗ ਤੋਂ ਪਹਿਲਾਂ ਕਿ ਸਾਨੂੰ ਤਾਂ ਸੱਦਿਓ ਜੇ ਇਹਨਾਂ ਤਿੰਨਾਂ ਨੂੰ ਰੱਦ ਕਰਨ ਤੇ ਰੱਦ ਕਰਨ ਦਾ ਰੱਦੇ ਅਮਲ ਕੀ ਹੋਏਗਾ ਢੰਗ ਤਰੀਕਾ ਕੀ ਹੋਏਗਾ ਸੋ ਫੇਰ ਮੁੜ ਕੇ ਕਿ ਉੱਥੇ ਖੋਤੀ ਵੋਟ ਥਲੇ ਲਿਆ ਹੋਣੀ ਯਾਰ ਸਨੇ ਸਨੇਕ ਐਂਡ ਲੈਦਰ ਵਾਲੀ ਵੀ ਸਾਰੀ ਜਿੱਤ ਜਿੱਤ ਕੇ ਸਾਰੀ ਮਤਲਬ ਮੈਚ ਸਾਰਾ ਕਿ ਅਲਟੀਮੇਟਲੀ ਫਿਰ ਉਥੇ ਜ਼ੀਰੋ ਵੀ ਸ਼ੁਰੂ ਹੋ ਜਾਣਾ ਅੱਛਾ ਫਿਰ ਉੜਾੜਾ ਸੁਣਾ ਚੱਲ ਫਿਰ ਕਾਕਾਗਾ ਸੁਣਾ ਚੱਲ ਫਿਰ ਏ ਬੀ ਸੀ ਸੁਣਾ ਹੁਣ ਜਿਹੜੇ ਬੰਦੇ ਨੇ ਐਮ ਐਸ ਕਰ ਲਈ ਤੇ ਉਹਨੂੰ ਫਿਰ ਉੜਾੜਾ ਸੁਣਨ ਲੱਗ ਜੇ ਉਹ ਤੇ ਇਹਨੂੰ ਫਿਰ ਇਹ ਤਾਂ ਫਿਰ ਧੱਕਾ ਹੀ ਹੈ ਨਾ ਫਿਰ ਹੋਰ ਤੇ ਇਹਨੂੰ ਕੁਝ ਨਹੀਂ ਕਹਿ ਸਕਦੇ ਫਿਰ ਇਹ ਵੀ ਨਾ ਭੁੱਲਿਓ ਕਿ 70 ਤੋਂ ਵੱਧ ਜਾਂਦਾ ਅਸੀਂ ਕੁਰਬਾਨ ਕਰ ਚੁੱਕੇ ਹਾਂ ਯਾਰ ਕੋਈ ਉਹ ਮਤਲਬ ਅੰਗੂਠਾ ਚੁੰਗਣ ਵਾਲੇ ਨਿਆਣੇ ਥੋੜੇ ਨੇ ਵੀ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਵੀ ਸਾਡੇ 70 ਜੀ ਚਲੇ ਗਏ ਨੇ 70 ਘਰਾਂ ਦੇ ਚਿਰਾਗ ਬੁਝੇ ਨੇ ਬਿਲਕੁਲ ਔਰ ਉਹਨਾਂ 70 ਦੇ ਬਾਰੇ ਸਾਨੂੰ ਕੋਈ ਚਿੰਤਾ ਨਹੀਂ ਕੋਈ ਫਿਕਰ ਫਾਕਾ ਨਹੀਂ ਉਹਨਾਂ ਬਾਰੇ ਕਿਤੇ ਕੁਝ ਜ਼ਿਕਰ ਨਹੀਂ ਉਹਨਾਂ ਨੂੰ ਕਿਤੇ ਉਹਨਾਂ ਕਿਸੇ ਅੱਖਥਰੂ ਨਹੀਂ ਯਾਰ ਮੈਂ ਨਹੀਂ ਕਹਿੰਦਾ ਕਿ ਅੱਖਥਰੂਆਂ ਦੀ ਮਾਰਕੀਟਿੰਗ ਕਰੀਏ ਪਰ ਇਹ ਤੇ ਸੱਚ ਹੈ ਨਾ ਕਿ ਸਾਨੂੰ ਸੰਵੇਦਨਸ਼ੀਲ ਹੋਣਾ ਪਏਗਾ ਹਰ ਰਾਜ ਪ੍ਰਬੰਧ ਦੇ ਵਿੱਚ ਲੋਕਤੰਤਰੀ ਨਿਜ਼ਾਮ ਇਸ ਕਾ ਦੀ ਮੰਗ ਕਰਦਾ ਹੈ ਕਿ ਤੰਤਰ ਦੇ ਵਿੱਚ ਤੇ ਲੋਕਾਂ ਦੇ ਵਿਚਾਰ ਸੁਮੇਲ ਚਾਹੀਦਾ ਤਾਂ ਲੋਕਤੰਤਰ ਆ ਜੇ ਤੰਤਰ ਬਖਸੁਰਿਆ ਫਿਰਦਾ ਲੋਕ ਠੱਕੇ ਖਾਂਦੇ ਫਿਰਦੇ ਨੇ ਸੜਕਾਂ ਤੇ ਬੈਠੇ ਨੇ ਜੀਟੀ ਰੋਡ ਦੇ ਉੱਤੇ ਬੈਠੇ ਨੇ ਉਹ ਠੰਢ ਠੁਰ ਠੁਰ ਕਰਦੇ ਨੇ ਬਜ਼ੁਰਗ ਮਾਪੇ ਜਿਹੜੇ ਨੇ ਉਹ ਬੱਚਿਆਂ ਦੇ ਨਾਲ ਨਾਲ ਆ ਕੇ ਉੱਥੇ ਪੂਰੇ ਟੱਬਰ ਟੀਬ ਸਮੇਤ ਨਿਆਣਿਆਂ ਸਮੇਤ ਆਏ ਹੋਏ ਨੇ ਔਰ ਉਹ ਚਾਹ ਨੂੰ ਨਹੀਂ ਆਏ ਇਹ ਕਿਸੇ ਨੂੰ ਭਰਮੋ ਵਿਚ ਆਏ ਨੇ ਖੁਸ਼ੀ ਨੂੰ ਆਏ ਨੇ ਉਹ ਚਾਹ ਨੂੰ ਨਹੀਂ ਆਏ ਖੁਸ਼ੀ ਨੂੰ ਨਹੀਂ ਆਏ ਉਹ ਤਾਂ ਮਰਦਾ ਕੀ ਨਾ ਕਰਨ ਵਾਲੀ ਕਹਾਣੀ ਹੈ ਕਿ ਉਹਨਾਂ ਸਰ ਕੋਈ ਜਾਂਦਾ ਲੱਗਦਾ ਕਹਿੰਦੇ ਸਾਰਾ ਜਾਂਦਾ ਵੇਖੀ ਅੱਧਾ ਦੀਏ ਵੰਡ ਵਾਲੀ ਗੱਲ ਉਹ ਜ਼ਿੰਦਗੀ ਤਲੀ ਤੇ ਰੱਖ ਕੇ ਆਏ ਹੋਏ ਨੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਾਡਾ ਸਾਰ ਕੋਈ ਗਵਾਚ ਰਿਹਾ ਤੇ ਗਵਾਚਣ ਨਾਲ ਮਰਨਾ ਚੰਗਾ ਇਸੇ ਕਰਕੇ ਸ਼ਾਇਦ ਅੱਜ ਜਿਹੜਾ ਸਲੋਗਨ ਇਹਨਾਂ ਨੇ ਦਿੱਤਾ ਉੱਥੇ ਕਿ ਮਰਾਂਗੇ ਜਾਂ ਜਿੱਤਾਂਗੇ ਸਾਨੂੰ ਜਾਂ ਮਾਰ ਦਿਓ ਜਾਂ ਸਾਨੂੰ ਸਾਡੇ ਹੱਕ ਦੇ ਦਿਓ ਸਾਨੂੰ ਅਸੀਂ ਮੰਗ ਨਹੀਂ ਕਰਨ ਆਏ ਅਸੀਂ ਆਪਣੇ ਹੱਕ ਲੈਣ ਆਏ ਆ ਸਾਨੂੰ ਹੱਕ ਚਾਹੀਦੇ ਨੇ ਸਾਨੂੰ ਖੈਰਾਤ ਨਹੀਂ ਚਾਹੀਦੀ ਸਾਨੂੰ ਦਾਨ ਨਹੀਂ ਚਾਹੀਦਾ ਸਾਨੂੰ ਦਾਮ ਚਾਹੀਦਾ ਆਪਣੀ ਉਪਰ ਇਸ ਕਰਕੇ ਸਵਾਮੀ ਰਥਨ ਨਾਰਾਇਣ ਨੇ ਵੀ ਗੱਲ ਕਹੀ ਹੈ ਕਿ ਐਮਐਸਪੀ ਦਾ ਸੈਂਟੀਫਿਕ ਆਧਾਰ ਸਿਰਜੇ ਬਿਨਾ ਹੁਣ ਇਹ ਤਾਂ ਐਮਐਸਪੀ ਦੇ ਗੀਤ ਗਾਈ ਜਾਂਦੇ ਨੇ ਕਿ ਐਮਐਸਪੀ ਇੰਨੇ ਪਰਸੈਂਟ ਵਧਾਤੀ ਪਰ ਇਹ ਕਿਉਂ ਨਹੀਂ ਦੱਸਦੇ ਕਿ ਖਾਦਾਂ ਕੀ ਕਿੰਨੇ ਕਿੰਨੇ ਪਰਸੈਂਟ ਵਧੀਆਂ ਕੀਟਨਾ ਜ਼ਹਿਰਾਂ ਦੀ ਕੀਮਤ ਕਿੰਨੇ ਉਹਨੇ ਸਮੇਂ ਚ ਕਿੰਨੀ ਵਧੀ ਡੀਜ਼ਲ ਜਿਹੜਾ ਹੈਗਾ ਉਹ ਮੋਰ ਥੈਨ ਡਬਲ ਹੋ ਗਿਆ ਉਬੀਦਨ ਸੁਣਨ ਨਾਲ ਹੀ ਇਹ ਦਿਨ ਨਾ ਹੋਵੇ ਜਿਵੇਂ ਕਹਿੰਦੇ ਨੇ ਕਿਸੇ ਧਾਰਮਿਕ ਸੰਸਥਾ ਦਾ ਕੋਈ ਸੀਗਾ ਕਰੇਂਦਾ ਤੇ ਉਹਦਾ ਕੁੱਕੜ ਖਾਣ ਨੂੰ ਜੀ ਕਰਦਾ ਸੀ ਉਹ ਕਿਸੇ ਦੇ ਰੂੜੀਏ ਦੇ ਚੋਕ ਦਾ ਕੁੱਕੜ ਉਹਨੇ ਫੜ ਲਿਆ ਤੇ ਕਿਸੇ ਨੇ ਕਿਹਾ ਵੀ ਹਰਾਮ ਹੋਏਗਾ ਜੇ ਤੂੰ ਖਾਏਗਾ ਤਾਂ ਜੀ ਕਹਿੰਦੇ ਹਲਾਲ ਕਿਵੇਂ ਹੋਊ ਕਹਿੰਦਾ ਕੋਠੇ ਤੇ ਜੜ ਕੇ ਇੱਕ ਵਾਰੀ ਅਨਾਉਂਸਮੈਂਟ ਕਰ ਦੇ ਕਿ ਕਿਸੇ ਦਾ ਕੁੱਕੜ ਹੈ ਜਿਹਦਾ ਹੈਗਾ ਬਈ ਲੈ ਜਾਓ ਜੀ ਉਹਨੇ ਉੱਚੀ ਸਾਰੀ ਆਵਾਜ਼ ਦਿੱਤੀ ਕਿਸੇ ਦਾ ਕੁੱਕੜ ਹੌਲੀ ਜਿਹਾ ਕਹਿ ਦਿੱਤਾ ਹੁਣ ਜੇ ਕਿਸੇ ਨੂੰ ਪਤਾ ਲੱਗੇ ਵੀ ਕੀ ਗੱਲ ਚਾ ਕਿਸੇ ਦਾ ਸੁਣ ਲਿਆ ਸਾਰੇ ਪਿੰਡ ਨੇ ਪਰ ਕੀ ਗੱਲ ਚਾ ਦੱਸਿਆ ਕੱਖ ਨਹੀਂ ਉਹ ਜਾ ਕੇ ਛੁਰੀ ਨਾਲ ਉਹਨੂੰ ਹਲਾਲ ਕਰਕੇ ਤੇ ਉਹਨੂੰ ਖਾ ਗਿਆ ਤੇ ਕਿਸੇ ਨੇ ਕਿਹਾ ਉਹ ਸਾਡਾ ਕੁੱਕੜ ਨਹੀਂ ਰਾਤ ਦਾ ਲੱਭਦਾ ਉਹ ਕਹਿੰਦੇ ਮੌਲਵੀ ਦੇ ਉੱਥੇ ਲੱਗੇ ਇੱਕ ਖੰਭ ਪਏ ਸੀਗੇ ਉਹਦੇ ਬਾਹਰਲੇ ਪਾਸੇ ਵੇਖੋ ਕਿਤੇ ਉਹਨਾਂ ਦੀ ਕਿਰਪਾ ਨਾਲ ਹੋ ਗਈ ਹੋਵੇ ਤੇ ਜਦੋਂ ਪੁੱਛਿਆ ਗਿਆ ਤੇ ਉਹ ਕਹਿਣ ਲੱਗੇ ਮੈਂ ਤੇ ਰਾਤੀ ਐਨਾਨਸ ਕੀਤਾ ਸੀ ਇਸ ਕਰਕੇ ਇਸ ਕਿਸਮ ਦੀਆਂ ਜਿਹੜੀਆਂ ਚੁਸ ਚਲਾਕੀਆਂ ਨੇ ਇਹ ਨਾ ਕੀਤੀਆਂ ਜਾਣ ਕਿ ਅਸੀਂ ਤੁਹਾਨੂੰ ਐਮਐਸਪੀ ਦਾ ਐਨੇ ਗੁਣਾ ਰੇਟ ਦੇ ਦਿੱਤਾ ਤੁਹਾਨੂੰ ਆਹ ਦੇ ਦਿੱਤਾ ਤੁਸੀਂ ਦੇਣ ਵਾਲੇ ਕੌਣ ਹੋ ਭਾਈ ਉਹਦੇ ਬਦਲੇ ਤੁਹਾਨੂੰ ਅਨਾਜ ਦਿੱਤਾ ਹੈ ਉਹਦੇ ਬਦਲੇ ਤੁਹਾਨੂੰ ਤੁਹਾਡੀ ਦੇਸ਼ ਦੀ ਭੁੱਖਮਰੀ ਦਾ ਪ੍ਰਬੰਧ ਦਿੱਤਾ ਹੈ ਤੁਹਾਡੇ ਸਹਿਯੋਗੀਆਂ ਅਸੀਂ ਅਸੀਂ ਤੁਹਾਡੀ ਧਿਰ ਤੇ ਧਿਰ ਨਾਲ ਇਸ ਤਰ੍ਹਾਂ ਦਾ ਵਿਹਾਰ ਕੋਰਾ ਵਿਹਾਰ ਨਹੀਂ ਕਰੀਦਾ ਹੁੰਦਾ ਇਹ ਠੀਕ ਹੈ ਕਿ ਤੁਹਾਨੂੰ ਅੱਜ ਸਾਨੂੰ ਪਤਾ ਚੰਗਾ ਪਵਲਾ ਕਿ ਕੌਣ ਲੋਕ ਪਿਆਰੇ ਨੇ ਪਰ ਉਹਨਾਂ ਪਿਆਰਿਆਂ ਦੇ ਨਾਲ ਨਾਲ ਅਸੀਂ ਵੀ ਤੁਹਾਡੇ ਦੁੱਪਰੇ ਆਰੇ ਨਹੀਂ ਅਸੀਂ ਵੀ ਤੁਹਾਡੇ ਉਨੇ ਹੀ ਪਿਆਰੇ ਆ ਸੋ ਇਸ ਕਰਕੇ ਸਾਨੂੰ ਹਿੱਕ ਨਾ ਲਾਓ ਨਾ ਕਿ ਸਾਨੂੰ ਧੱਕੇ ਮਾਰ ਕੇ ਇਹ ਆਖੋ ਕਿ ਆਹ ਕੰਮ ਤਾਂ ਹੋਣਾ ਨਹੀਂ ਹੋਰ ਦੱਸੋ ਕਿ ਹੋਰ ਕੀ ਦੱਸੋ ਇੱਕ ਬੰਦੇ ਦੇ ਗਾਲ ਚ ਰਸਾ ਪਾਇਆ ਹੋਵੇ ਕਹਿੰਦਾ ਵੀ ਰਸਾ ਦੇ ਖਿੱਚੇ ਨੇ ਖਿੱਚਣਾ ਬਾਕੀ ਹੋਰ ਸੇਵਾ ਦੱਸੋ ਤੇ ਸੇਵਾ ਕਾ ਦੀ ਹੋਰ ਕੁਝ ਪਰਾਂ ਤੱਕ ਦੋਨੇ ਸਵਾਸ ਇਤਿਆਗ ਜਾਣੇ ਨੇ ਸੋ ਇਸ ਕਰਕੇ ਅੱਜ ਦੀ ਮੀਟਿੰਗ ਤੋਂ ਜਿਹੜੀ ਗੱਲ ਨਿਕਲੀ ਏ ਉਹ ਬਹੁਤ ਹੀ ਇੱਕ ਮੰਦ ਭਾਗੀ ਉਦਾਸ ਕਰਨ ਵਾਲੀ ਪਰ ਨਾਲ ਦੀ ਨਾਲ ਸੋਚਣ ਵਾਲੀ ਘੜੀ ਵੀ ਬਣਦੀ ਏ ਕਿ ਸਾਡਾ ਸਾਰਾ ਨਿظام ਜਿਹੜਾ ਕਿਦ ਨੂੰ ਤੁਰ ਰਿਹਾ ਜਿਸ ਵਿੱਚ ਬੇਰਹਿਮੀ ਦੀ ਸਰਦਾਰੀ ਵਧ ਰਹੀ ਹੈ ਔਰ ਜਿਸ ਸੰਵੇਦਨਾ ਘਟ ਰਹੀ ਹੈ ਜੀ ਬਿਲਕੁਲ ਸਹੀ ਕਹਿ ਗਿਲ ਸਾਹਿਬ ਤੁਸੀਂ ਗਿਲ ਸਾਹਿਬ ਕੱਲ ਟਰੈਕਟਰ ਮਾਰਚ ਕੱਢਿਆ ਗਿਆ ਕਿਸਾਨਾਂ ਵੱਲੋਂ ਤੇ ਆਪਣਾ ਦਮ ਦਿਖਾਇਆ ਕਿਸਾਨਾਂ ਨੇ ਸਰਕਾਰ ਨੂੰ ਪਰ ਸਰਕਾਰ ਫੇਰ ਉਹੀ ਬਿਆਨ ਦੇ ਰਹੀ ਸੀ ਕੱਲ ਕਿ ਇਹ ਜਿਹੜੇ ਕਾਨੂੰਨ ਆ ਉਹ ਰੱਦ ਨਹੀਂ ਹੋਣੇ ਹਲੇ ਵੀ ਉਦਾਂ ਹੀ ਅੜੀ ਹੋਈ ਹੈ ਸਰਕਾਰ ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਚੀਜ਼ ਨੂੰ ਮੈਂ ਇਸ ਮਾਮਲੇ ਤੇ ਜਿਹੜਾ ਅੜੀ ਲਫ਼ਜ਼ ਭਾਵੇਂ ਸਰਕਾਰ ਵਰਤੇ ਤੇ ਚਾਹੇ ਵਰਤਣ ਸਾਡੀਆਂ ਜਥੇਬੰਦੀਆਂ ਵਾਲੇ ਅੜੀ ਲਫ਼ਜ਼ ਮੈਂ ਸ਼ਾਇਦ ਨਹੀਂ ਵਰਤ ਸਕਾਂਗਾ ਜੀ ਮੈਂ ਇਹਨੂੰ ਬਜ਼ਿੱਦ ਕਹਾਂਗਾ ਅੜਨ ਨਾਲੋਂ ਥੋੜਾ ਜਿਹਾ ਉਹ ਨਰਮ ਸ਼ਬਦ ਜ਼ਿੱਦ ਜਿਹੜੀ ਹੁੰਦੀ ਉਹ ਵੱਧ ਖਤਰਨਾਕ ਹੁੰਦੀ ਹੈੜੀ ਨਾਲੋਂ ਅੜੀ ਭੰਨੀ ਜਾ ਸਕਦੀ ਹੈ ਜ਼ਿੱਦ ਛਡਵਾਈ ਜਾ ਸਕਦੀ ਹੈ ਸੋ ਮੈਨੂੰ ਇਹ ਲੱਗਦਾ ਕਿ ਜਿਹੜੀ ਬਜ਼ਿੱਦ ਹੋਣ ਦੀ ਜਿਹੜੀ ਇੱਕ ਪ੍ਰਵਿਰਤੀ ਹੈ ਉਹ ਵਿਅਕਤੀ 'ਚ ਤਾਂ ਸੁਣੀ ਸੀ ਪਰ ਹਕੂਮਤਾਂ 'ਚ ਕਿਤੇ ਨਹੀਂ ਸੀ ਸੁਣੀ ਕਿਉਂਕਿ ਇਹ ਕੋਈ ਕਿਸੇ ਦੇ ਬਾਪ ਦੀ ਜ਼ਗੀਰ ਨਹੀਂ ਹੁੰਦੀ ਤਾਕਤ ਹੈ ਜਿਹੜੀ ਇਹ ਲੋਕਾਂ ਦੀ ਤਾਕਤ ਹੈ ਲੋਕਾਂ ਤੇ ਹੀ ਕਰਤੀ ਜਾਣੀ ਚਾਹੀਦੀ ਏ ਗਵਰਨਮੈਂਟ ਆਫ ਦਾ ਪੀਪਲ ਬਾਈ ਦਾ ਪੀਪਲ ਫਾਰ ਦਾ ਪੀਪਲ ਜੇ ਲੋਕਾਂ ਦੀ ਸਰਕਾਰ ਲੋਕਾਂ ਵਾਸਤੇ ਹੀ ਨਹੀਂ ਤੇ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਘਾਲੇ ਜੇ ਮਾਈਟ ਆਪਣੀ ਦਿਖਾਈ ਏ ਖਾਸ ਕਰਕੇ ਕਿਸਾਨ ਜਥੇਬੰਦੀਆਂ ਨੇ ਤੇ ਮੈਂ ਸੋਚ ਇਹ ਰਿਹਾ ਸਾਂ ਕਿ ਜਿੰਨੇ ਕਿਲੋਮੀਟਰ ਬਣਦੇ ਨੇ ਤੇ ਜੇ ਲੱਖ ਟਰੈਕਟਰ ਵੀ ਲੈਣ ਲਈਏ ਆਪਾਂ ਘੱਟ ਜੇ ਲਾ ਲਓ ਸਰਕਾਰੀ ਤੰਤਰ ਦੇ ਮੁਤਾਬਕ 50000 ਵੀ ਲੈਣ ਲਈਏ ਤਾਂ ਕਿੰਨਾ ਤੇਲ ਬਾਲਤਾ ਕਿੰਨਾ ਅਸੀਂ ਕੌਮੀ ਨੁਕਸਾਨ ਕਰਤਾ ਕਿਹੜੀਆਂ ਪੈਲੀਆਂ ਵਾਈਆਂ ਨੇ ਉਹਦੇ ਨਾਲ ਅਸੀਂ ਇਹ ਮੌਕਾ ਕਿਉਂ ਦਿੱਤਾ ਗਿਆ ਗਵਰਨਮੈਂਟ ਆਫ ਇੰਡੀਆ ਨੂੰ ਕਹਿ ਦਿੰਦੇ ਬੇਨਤੀ ਕਰ ਦਿੰਦੇ ਕਿ ਭਾਈ ਆਪਾਂ ਅਗਲੇ ਦਿਨ ਗੱਲ ਕਰਨੀ ਹੈ ਤੁਸੀਂ ਰੱਬ ਦਾ ਵਾਸਤਾ ਕੰਮ ਨਾ ਕਰੋ ਕੀ ਫਾਇਦਾ ਇਸ ਗੱਲ ਦਾ ਸੋ ਕਿੰਨਾ ਸਾਡਾ ਕੌਮੀ ਨੁਕਸਾਨ ਜਿਹੜਾ ਹੈਗਾ ਸਿਰਫ ਫਿਊਲ ਦੇ ਵਿੱਚ ਹੀ ਹੋ ਰਿਹਾ ਅਸੀਂ ਉਹਨਾਂ ਜੀਆਂ ਦੇ ਕਿੰਨੇ ਆਵਰਸ ਖਰਾਬ ਕਰ ਰਹੇ ਆ ਜਿਹੜੇ ਘਰਾਂ 'ਚ ਕੰਮਕਾਰਾਂ ਦੇ ਵਿੱਚ ਹੁੰਦੇ ਆ ਆਪਣੇ ਡੰਗਰ ਲਵੇਰਾ ਸਾਹਮ ਦੇ ਠੰਡ ਦੇ ਵਿੱਚ ਕਿੰਨਾ ਨੁਕਸਾਨ ਮੈਨੂੰ ਤੇ ਲੱਗਦਾ ਵੀ ਜਿਹੜੇ ਭਰਾ ਉੱਥੇ ਗਏ ਹੋਏ ਨੇ ਉਹਨਾਂ ਦੇ ਪਸ਼ੂ ਨਵੇਰੇ ਨੂੰ ਵੀ ਨੁਕਸਾਨ ਮਗਰੋਂ ਠੰਡ ਚ ਹੋ ਰਿਹਾ ਹੋਵੇਗਾ ਉਹਨਾਂ ਦੀਆਂ ਫਸਲਾਂ ਚਲੋ ਕਣਕ ਨੂੰ ਤਾਂ ਠੰਡ ਚੰਗੀ ਐ ਕਣਕ ਉਹਨਾਂ ਹੀ ਵਧ ਫਟਾਰਾ ਹੁੰਦਾ ਉਹਨਾਂ ਹੀ ਵਧ ਉਹਦਾ ਬੂਝਾ ਬਣਦਾ ਜਿੰਨੀ ਠੰਡ ਵੱਧਦੀ ਐ ਪਰ ਦੂਸਰੇ ਪਾਸੇ ਕੁਝ ਫਸਲਾਂ ਹੋਰ ਵੀ ਨੇ ਫੈਲੀ ਲੋਕੀ ਸਬਜ਼ੀਆਂ ਬੀਜਣ ਵਾਲੇ ਵੀ ਨੇ ਫਲ ਬੀਜਣ ਵਾਲੇ ਵੀ ਨੇ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਕਿੰਨوں ਦੀ ਫਸਲ ਪੂਰੀ ਇਸ ਵੇਲੇ ਤੁਹਾਡੀ ਮਾਲਵੇ ਦੇ ਵਿੱਚ ਖਾਸ ਕਰਕੇ ਦੱਖਣੀ ਪੱਛਮੀ ਜ਼ਿਲ੍ਹੇ ਉਹਨਾਂ ਦੇ ਵਿੱਚ ਐ ਟੌਪ ਤੇ ਇਸ ਵਕਤ ਉਹਨਾਂ ਨੇ ਮਾਰਕੀਟਿੰਗ ਵੀ ਕਰਨੀ ਐ ਉਹ ਜੀ ਵੀ ਉੱਥੇ ਬੈਠੇ ਨੇ ਫਿਰ ਕਿੰਨੇ ਲੋਕ ਉਹ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਆਪਣੇ ਵਕਫ ਸਿਸਟਮ ਦੇ ਵਿੱਚ এডਿਕੇਸ਼ਨ ਦਾ ਪ੍ਰਬੰਧ ਕਰਨਾ ਉਹ ਉੱਥੇ ਬੈਠੇ ਨੇ ਸੋ ਇਸ ਕਰਕੇ ਸਾਰਾ ਸਿਸਟਮ ਦੇ ਵਿੱਚ ਜਿਹੜਾ ਨੁਕਸਾਨ ਕੌਮੀ ਨੁਕਸਾਨ ਹੋ ਰਿਹਾ ਉਹ ਵੀ ਅਸੈਸਮੈਂਟ ਕਰਨਾ ਗਵਰਨਮੈਂਟ ਆਫ ਇੰਡੀਆ ਦਾ ਫਰਜ਼ ਬਣਦਾ ਧਰਮ ਬਣਦਾ ਟਰੈਕਟਰ ਮਾਰਚ ਕੱਲ ਪ੍ਰਭਾਵਸ਼ਾਲੀ ਸੀ ਵਿਜ਼ੂਅਲੀ ਬਹੁਤ ਚੰਗਾ ਸੀ নো ਡਾਊਟ ਉਹਦੇ ਬਾਰੇ ਕੋਈ ਸ਼ੰਕੇ ਵਾਲੀ ਗੱਲ ਨਹੀਂ ਹੈ ਪਰ ਇਹ ਤਾਕਤ ਰਜ਼ਵਾਈ ਦੋਵਾਂ ਭਰਾਵਾਂ 'ਚ ਜਾਂ ਪਿਉ-ਪੁੱਤ 'ਚ ਜਾਂ ਸੂਬੇ ਤੇ ਕੇਂਦਰ 'ਚ ਯਾ ਜਥੇਬੰਦੀਆਂ ਤੇ ਸਰਕਾਰ ਚ ਹੋਣ ਦੇਣਾ ਹੀ ਆਪਣੇ ਆਪ ਚ ਸਰਕਾਰਾਂ ਦੀ ਹਾਰ ਹੁੰਦੀ ਏ ਕਿ ਇੱਥੋਂ ਤੱਕ ਨੌਬਤ ਹੀ ਕਿਉਂ ਆਵੇ ਉਹਨਾਂ ਨੂੰ ਕਨਿਨਸਿੰਗ ਲਈ ਇਸ ਗੱਲ ਤੇ ਕਿਉਂ ਨਾ ਬਣਾਇਆ ਜਾਵੇ ਕਿ ਤੁਸੀਂ ਸਾਨੂੰ ਮੌਕਾ ਦਿਓ ਪਰ ਮੌਕਾ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਪੰਜ ਵਾਰ ਛੇ ਵਾਰ ਸੱਤ ਵਾਰ ਤੇ ਅੱਠਵੀਂ ਵਾਰ ਜਾ ਕੇ ਠੋਠੇ ਦਿਖਾ ਦਿਓ ਜੀ ਮੈਨੂੰ ਲੱਗਦਾ ਕਿ ਜਿਸ ਕਿਸਮ ਦੀ ਉਦਾਸੀ ਵੱਲ ਨੂੰ ਤੋਰ ਰਹੇ ਅਸੀਂ ਆਪਣੇ ਖਾਸ ਕਰਕੇ ਹਰ ਕਿਸਾਨ ਨੂੰ ਆਵੇ ਯੂਪੀ ਦਾ ਚਾਹੇ ਉਹ ਮੱਧ ਪ੍ਰਦੇਸ਼ ਦਾ ਚਾਹੇ ਰਾਜਸਥਾਨ ਦਾ ਹਰਿਆਣੇ ਦਾ ਪੰਜਾਬ ਦਾ ਜਾਂ ਆਪ ਆਪਣੇ ਸੂਬਿਆਂ ਦੇ ਵਿੱਚ ਜੇ ਕਰ ਰਹੇ ਨੇ ਸਟਰਗਲ ਕਰ ਰਹੇ ਨੇ ਆਪ ਆਪਣੇ ਹਿੱਤਾਂ ਵਾਸਤੇ ਉਹਨਾਂ ਲੋਕਾਂ ਨੂੰ ਅਸੀਂ ਉਦਾਸੀ ਦੇ ਉਸ ਦੁੰਗੇ ਸਮੁੰਦਰ ਤੋਂ ਛੁੱਟ ਰਹੇ ਆ ਜਿੱਚੋਂ ਬਾਤ ਕੱਢਣਾ ਸ਼ਾਇਦ ਸੌਖਾ ਨਾ ਹੋਵੇ ਜੀ ਅਗਲ ਸਭ ਅਮਰੀਕਾ ਦੀ ਗੱਲ ਕਰਦੇ ਆ ਅਮਰੀਕਾ ਦੀ ਪਾਰਲੀਮੈਂਟ ਤੇ ਹਮਲਾ ਕੀਤਾ ਹੈ ਜੀ 트럼ਪ ਦੇ ਸਮਰਥਕਾਂ ਨੇ ਜਿਸ ਦੀ ਕਿ ਚਫੇਰਿਓ ਨਿੰਦਾ ਹੋ ਰਹੀ ਹੈ ਇਸ ਹਿੰਸਾ ਦੀ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ 트럼ਪ ਦਾ ਜਿੱਤਣਾ 4 ਸਾਲ ਪਹਿਲਾਂ ਅਮਰੀਕਾ ਦੀ ਬਹੁਤ ਵੱਡੀ ਹਾਰ ਸੀ ਜਿਸ ਆਦਮੀ ਦਾ ਕੋਈ ਪੋਲੀਟੀਕਲ ਕੈਰੀਅਰ ਨਹੀਂ ਜਿਸ ਆਦਮੀ ਦੀ ਸਾਰੀ ਟੇਕ ਵਪਾਰ ਤੇ ਆ ਜਿਸ ਆਦਮੀ ਦਾ ਸਾਰਾ ਹੀ ਦਵਕਾੜਿਆਂ ਤੇ ਐਂਕਰ ਤੇ ਪੈਸੇ ਤੇ ਟੇਕ ਹੈ ਉਸ ਬੰਦੇ ਤੋਂ ਇਹਦੂੰ ਚੰਗੀ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਲੋਕਾਂ ਦੀ ਉਸ ਪਾਸੇ ਨੂੰ ਸੋਚ ਬਦਲ ਦੇਵੇ ਜਿਹੜੀ ਉਹਨਾਂ ਦੀਆਂ ਰਵਾਇਤਾਂ ਨੂੰ ਟੈਟੇਰੀ ਕਰਨ ਦੇ ਰਾ ਤੁਰ ਸਕੇ ਜੀ ਵਾਈਟ ਹਾਊਸ ਪਾਰਲੀਮੈਂਟ ਦੀ ਉਮਰ ਉਹਨਾਂ ਦੀ ਲਗਭਗ ਸਮਝ ਲਓ ਕਿ 200 ਤੇ 20 ਸਾਲ ਦੇ ਕਰੀਬ ਬਣਦੀ ਹੈ ਜੀ ਉਹਦੇ ਚੋਂ ਇਹ ਪਹਿਲਾ ਮੌਕਾ ਆਇਆ ਸ਼ਾਇਦ 2004 1804 ਤੋਂ ਬਾਅਦ ਕਿ ਇੰਨੀ ਬੇਰਹਿਮੀ ਨਾਲ ਇੰਨੀ ਵੱਡੀ ਗਿਣਤੀ ਜਾ ਕੇ ਪਾਰਲੀਮੈਂਟ ਦੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਤੋਂ ਗੱਲ ਹੈ ਨਾ ਜਿਵੇਂ ਬੰਦਾ ਆਪ ਉਹਨਾਂ ਨੂੰ ਇੱਥੋਂ ਤੱਕ ਪਹੁੰਚਾ ਦੇਵੇ ਕਿ ਫੜ ਲਓ ਫੜ ਲਓ ਮਾਰਦੇ ਮਾਰਦੇ ਮਗਰੋਂ ਆਖੇ ਇਵੜਾ ਵੱਡਾ ਹੋਇਆ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਜੀ ਹੁਣ ਚਾਰ ਜੁਰਖੀ ਜਾਨਾ ਗਈਆਂ ਕਿੰਨੇ ਲੋਕ ਜ਼ਖਮੀ ਹੋਏ ਕਿੰਨੀ ਪ੍ਰਾਪਰਟੀ ਨੂੰ ਨੁਕਸਾਨ ਹੋਇਆ ਪਰ ਸਭ ਤੋਂ ਵੱਡਾ ਨੁਕਸਾਨ ਜਿਹੜਾ ਚਾਰ ਰਾਸ਼ਟਰਪਤੀਆਂ ਨੇ ਕਿਹਾ ਬਰਾਕ ਓਬਾਮਾ ਨੇ ਬਿਲ ਕਲਿੰਟਨ ਨੇ ਬੁਸ਼ ਨੇ ਔਰ ਜਿਮੀ ਕਾਰਟਰ ਸਾਹਿਬ ਨੇ ਜਿਮੀ ਕਾਰਟਰ ਸਾਹਿਬ ਨੇ ਉਹਨਾਂ ਸਾਰਿਆਂ ਨੇ ਇਹ ਗੱਲ ਆਖੀ ਹੈ ਕਿ ਸਾਡੀਆਂ ਰਵਾਇਤਾਂ ਨੂੰ ਮਲਿਆਮੇਟ ਕਰਨ ਦਾ ਟਰੰਪ ਨੂੰ ਕੋਈ ਅਧਿਕਾਰ ਨਹੀਂ ਜੀ ਔਰ ਜਿੱਦੀ ਵੱਡੀ ਸਜ਼ਾ ਇੰਟੇਅਰ 트ੰਪ ਨੂੰ ਫੇਸਬੁਕ ਨੇ ਇੰਸਟਾਗ੍ਰਾਮ ਨੇ ਜਾਂ ਹੋਰ ਜੜੀਆਂ ਵਕ ਵਕ ਸੰਚਾਰ ਦੀਆਂ ਕੰਪਨੀਆਂ ਨੇ ਉਹਨਾਂ ਦਿੱਤਾ ਕਿ ਉਹਦਾ ਅਕਾਊਂਟ ਹੀ ਬਲੌਕ ਕਰ ਦਿੱਤਾ ਪੀ ਇਹ ਕੋਈ ਪੈੜੀ ਗੱਲ ਕਰਕੇ ਹੋਰ ਨਾ ਪੂਰੇ ਵੱਡੇ ਕ੍ਰਾਈਸਿਸ 'ਚ ਧੱਕੇ ਇਸ ਮੁਲਕ ਨੂੰ ਇਹ ਆਪਣੇ ਆਪ ਦੇ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਦੇਸ਼ ਦੇ ਸੰਵਿਧਾਨਕ ਮੁਖੀ ਨੂੰ ਚੁਣੇ ਹੋਏ ਮੁਖੀ ਨੂੰ ਇਸ ਕਿਸੇ ਨਿਮੋਸ਼ੀ ਦਾ ਸਾਹਮਣਾ ਕਰਨਾ ਪਵੇ ਔਰ ਆਪਣੇ ਉਸ ਕਿਰਦਾਰ ਦੀ ਮਾਫੀ ਮੰਗਣੀ ਪਵੇ ਹੁਣ ਤੁਸੀਂ ਇਹ ਗੱਲ ਕਦੇ ਨਾ ਵਿਸਾਰਿਓ ਕਿ ਡੈਮੋਕ੍ਰੇਸੀ ਦੀ ਮਾਂ ਕਹਾ ਜਾਂਦਾ ਹੈ ਅਮਰੀਕਾ ਨੂੰ ਜੀ ਤੇਰੇ ਉੱਥੇ ਵੀ ਕਿਸੇ ਪਿੰਡ ਦੀ ਪੰਚਾਇਤ ਜਿਵੇਂ ਅੱਗੇ ਹੁੰਦਾ ਹੁੰਦਾ ਸੀ ਵੀ ਸਰਪੰਚ ਹਾਰ ਜਾਂਦਾ ਸੀ ਤੇ ਰਿਕਾਰਡ ਨਹੀਂ ਸੀ ਦਿੰਦਾ ਹੁੰਦਾ ਪਿੰਡਾਂ 'ਚ ਅਕਸਰ ਹੁੰਦਾ ਸੀ ਲੜਾਈ ਕਿ ਭਜੜੇ ਇਸ ਗੱਲ ਦੇ ਬਹੁਤ ਹੁੰਦੇ ਹੁੰਦੇ ਸੀ ਸੋ ਹੁਣ ਅਮਰੀਕਾ ਦਾ ਰਾਸ਼ਟਰਪਤੀ ਇਹ ਕਹੇ ਔਰ 70 ਦੇ ਕਰੀਬ ਉਹਨੇ ਵਕਫ ਵਕ ਚੋਣਡਲ ਸੰਬੰਧਿਤ ਕੇਸ ਕੀਤੇ ਹੋਏ ਸੀ ਸਾਰੇ ਹੀ ਉਹਦੇ ਹੋ ਹੌਲੀ 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 ਸਾਰੇ ਹੀ ਖੁਰ ਗਏ ਹੁਣ ਹਾਰ ਵੀ ਮੰਨ ਲਈ ਸੋ ਇਸ ਕਰਕੇ ਇਹ ਜਿਹੜਾ 트럼ਪਸ ਆਫ ਦਾ ਇਹ 트럼ਪ ਕਾਰਡ ਸੀ ਉਹ ਵੀ ਫੇਲ ਹੋ ਗਿਆ ਸੋ ਹੁਣ ਉਥੋਂ ਦੀ ਸੁਸਾਇਟੀ ਨੂੰ ਸੋਚਣਾ ਪੈਣਾ ਹੈ ਕਿ ਇਸ ਕਿਸਮ ਦੇ ਜਿਹੜੇ ਗੈਰ ਸਿਆਸੀ ਪਹੁੰਚ ਵਾਲੇ ਵਿਅਕਤੀ ਪੈਸੇ ਦੇ ਜ਼ੋਰ ਨਾਲ ਜਾਂ ਇਮੋਸ਼ਨਲ ਟ੍ਰੈਪਸ ਫਸਾ ਕੇ ਕਮਿਊਨਿਟੀ ਨੂੰ ਡਿਵਾਈਡ ਕਰਦੇ ਨੇ ਔਰ ਉਹਨਾਂ ਤੋਂ ਬਚਣਾ ਕਿਵੇਂ ਹੈ ਤਾਂ ਕਿ ਜਿਹੜੀਆਂ ਲੋਕਤੰਤਰੀ ਰਵਾਇਤਾਂ ਨੇ ਜਿਸ ਦੀ ਮਿਸਾਲ ਹੁਣ ਤੱਕ ਲੋਕ ਦਿੰਦੇ ਨੇ ਅਮਰੀਕਾ ਦੀ ਉਸ ਦੀ ਮਿਸਾਲ ਕਾਇਮ ਰਹਿ ਸਕੇ ਉਸ ਦੀ ਮਿਸਾਲ ਹਿਲ ਨਾ ਸਕੇ ਔਰ ਮੈਨੂੰ 100% ਦੀ ਯਕੀਨ ਹੈ ਇਸ ਗੱਲ ਦਾ ਕਿ ਜੌਨ ਬਾਈਡਨ ਜਿਹੜੇ ਨੇ ਉਹ ਇਸ ਨੂੰ ਮੇਨਟੇਨ ਕਰਨਗੇ ਔਰ ਉਹ 20 ਤਰੀਕ ਨੂੰ ਜਦੋਂ ਇਸ ਸੱਤਾ ਤੇ ਕਾਬਜ਼ ਹੋਣਗੇ ਤਾਂ ਉਸ ਤੋਂ ਬਾਅਦ ਅਮਰੀਕਾ ਫਿਰ 4 ਸਾਲ ਪੁਰਾਣੇ ਅਮਰੀਕਾ ਵਾਂਗ ਜਿਸ ਨੂੰ ਬਰਾਕਾਪਾ ਮਾ ਸਾਹਿਬ ਨੇ ਦੋ ਟਰਮ ਦੇ ਵਿੱਚ ਉਹ ਸਾਰਿਆ ਸੀ ਜਿਸ ਕਿਸਮ ਦਾ ਵਿਸ਼ਵਾਸ ਜਿਸ ਕਿਸਮ ਦੀ ਲੋਕਾਂ ਅੰਦਰ ਇੱਕ ਕੋ-ਡਿਸਟੈਂਸ ਦਾ ਕਲਚਰ ਡਵੈਲਪ ਕੀਤਾ ਸੀ ਉਹ ਫਿਰ ਪੁਨਰਸੁਰਜੀਤ ਹੋਏਗਾ ਔਰ ਇਸ ਇਨਸੀਡੈਂਟ ਨੂੰ ਖਾਸ ਕਰਕੇ ਜਿਹੜੇ ਲੋਕਾਂ ਦੇ ਹਮਲਾ ਕੀਤਾ ਉਹਨਾਂ ਲੋਕਾਂ ਨੂੰ ਵੀ ਰੀथिंक ਕਰਨਾ ਪਏਗਾ ਕਿ ਅਸੀਂ ਸਿਰਫ ਤੇ ਸਿਰਫ ਸ਼ੀਸ਼ੇ ਬੂਹੇ ਦੀਵਾਰਾਂ ਦਾ ਨੁਕਸਾਨ ਨਹੀਂ ਕੀਤਾ ਅਸੀਂ ਲੋਕਤੰਤਰੀ ਰਵਾਇਤਾਂ ਦਾ ਨੁਕਸਾਨ ਕੀਤਾ ਜੀ ਗਿੱਲ ਸਾਹਿਬ ਅਮਰੀਕਾ ਤੋਂ ਬਾਅਦ ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤੇ ਸ਼੍ਰੋਮਣੀ ਅਕਾਲੀ ਦਰ ਨੂੰ ਲੈ ਲੋ ਕਾਂਗਰਸ ਨੂੰ ਲੈ ਲੋ ਆਮ ਆਦਮੀ ਪਾਰਟੀ ਨੂੰ ਲੈ ਲੋ ਇਹ ਅੱਜ ਕੱਲ ਕਾਫੀ ਸਰਗਰਮ ਨਜ਼ਰ ਆ ਰਹੇ ਨੇ ਜੋ ਕਿ ਪਿਛਲੇ ਦਿਨਾਂ ਤੋਂ ਕਾਫੀ ਚੁੱਪ ਸੀਗੇ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ ਵੇਖੋ ਗੱਲ ਇਹ ਹੈ ਕਿ ਜਦੋਂ ਲੋਕੋ ਵਾਰ ਹੁੰਦਾ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਸੋਚਣਾ ਪੈਂਦਾ ਕਿ ਮੈਂ ਹੁਣ ਤੱਕ ਜਿਹੜੇ ਟੂਲਸ ਦੇ ਨਾਲ ਰਾਜ ਸੱਤਾ ਹਾਸਲ ਕਰਦਾ ਰਿਆਂ ਜੀ ਉਹ ਟੂਲਸ ਮੇਰੇ ਕੋਲੋਂ ਖਿਸਕ ਗਏ ਉਹ ਸੀਗਾ ਲੋਕਾਂ ਨੂੰ ਜਾਤ ਗੋਤ ਪਾਈਚਾਰਾ ਖੇਤਾ ਵਿਸ਼ੇਸ਼ ਆਰਥਿਕ ਵਖਰੇਵੇਂ ਜਾਂ ਉਸ ਦੇ ਜਿਹੜੇ ਕਿਤਾ ਮੁਖੀ ਉਹਦੇ ਕੁਝ ਹਿੱਤ ਨੇ ਉਹਨਾਂ ਦੀ ਪੂਰਤੀ ਨੂੰ ਲੋਕ ਜੋੜਦੇ ਸੀ ਤੇ ਉਹਦੇ ਨੇ ਟੁੱਟਦੇ ਸੀ ਪਰ ਹੁਣ ਜਦੋਂ ਕਿਸਾਨ ਕ੍ਰਾਈਸਿਸ ਵਧਿਆ ਤਾਂ ਉਸ ਨਾਲ ਕਿਸਾਨੀ ਪਿਛਲੇ ਲਗਭਗ 3-4 ਮਹੀਨੇ ਤੋਂ ਇੰਨੀ ਵਿਜੀਲੈਂਟਲੀ ਆਰਗੇਨਾਈਜ਼ ਹੋਈ ਹੈ ਕਿ ਉਸ ਵਿੱਚ ਕਿਸੇ ਨੇ ਨਹੀਂ ਵੇਖਿਆ ਕਿ ਮੈਂ ਕਿਹੜੀ ਪੋਲੀਟੀਕਲ ਪਾਰਟੀ ਹੈ ਕਿਹੜੀ ਪੋਲੀਟੀਕਲ ਅਫੀਲੀਏਸ਼ਨ ਨਾਲ ਜੁੜਿਆ ਹੋਇਆ ਉਸ ਨੇ ਆਪਣੇ ਹਿੱਤਾਂ ਦੀ ਪੂਰਤੀ ਵਾਸਤੇ ਇੱਕ ਸਾਂਝਾ ਮਹਾਜਾ ਜੈਸਾ ਡਵੈਲਪ ਕਰ ਲਿਆ ਇਹੜਾ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੀ ਗਿਣਤੀ 31-32 ਦੇ ਕਰੀਬ ਪੰਜਾਬ 'ਚ ਉਹਨਾਂ ਦੀ ਅਗਵਾਈ ਥੱਲੇ ਉਹਨਾਂ ਨੇ ਸਿਰ ਜੋੜ ਲਏ ਹੁਣ ਜਿੰਨਾ ਚਿਰ ਤੇ ਉਹ ਆਪ ਆਪਣੇ ਨਿੱਕੇ ਨਿੱਕੇ ਕਸਬਿਆਂ ਤੇ ਵਕਫ ਵਕਫ ਨਾਕਿਆਂ ਤੇ ਸ਼ਹਿਰਾਂ ਦੇ ਵਿੱਚ ਬੈਠੇ ਹੋਏ ਸਨ ਉਹਨਾਂ ਚਿਰ ਤਾਂ ਉਹਨਾਂ ਨੇ ਐਲਾਨੀਆਂ ਰੂਪ ਚ ਕਿਹਾ ਹੋਇਆ ਸੀ ਕਿ ਕੋਈ ਵੀ ਪੋਲੀਟੀਕਲ ਪਾਰਟੀ ਸਾਡੇ ਦੇ ਪਰਛਾਵਾਂ ਆਪਣਾ ਨਾਮ ਪਾਵੇ ਕਿਉਂਕਿ ਤੁਹਾਡੀਆਂ ਕੀਤੀਆਂ ਹੋਈਆਂ ਭੁਗਤ ਰਹੇ ਆ ਜੇ ਤੁਸੀਂ ਵੇਲੇ ਸੇ ਪਹਿਰੇਦਾਰੀ ਕੀਤੀ ਹੁੰਦੀ ਸ਼ਾਇਦ ਇਹ ਨੌਬਤ ਸਾਡੇ ਤੇ ਸਿਰ ਤੇ ਇਹ ਆਫਤ ਨਾ ਆਉਂਦੀ ਹੁਣ ਜਦੋਂ ਇਹ ਮੋਰਚਾ ਦਿੱਲੀ ਟ੍ਰਾਂਸਫਰ ਹੋ ਗਿਆ ਤਾਂ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਰੀਥਿੰਕ ਕਰਕੇ ਕੁਝ ਨਹੀਂ ਤਾਂ ਆਪਣੇ ਜਿਹੜੇ ਵਰਕਰਜ਼ ਨੇ ਉਹ ਉਹਨਾਂ ਧਰਨਿਆਂ ਚ ਮਜ਼ਾਰਿਆਂ ਚ ਭੇਜਣੇ ਸ਼ੁਰੂ ਕਰ ਦਿੱਤੇ ਜਿਹੜੀਆਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੇ ਕਿਹਾ ਕਿ ਝੰਡਾ ਆਪਣਾ ਨਾਮ ਲੈ ਕੇ ਜਾਓ ਪਰ ਤੁਸੀਂ ਜਾ ਸਕਦੇ ਹੋ ਉੱਥੇ ਖੈਰ ਕਿਸਾਨ ਕਿਸਾਨ ਆ ਲੈ ਭਾਵੇਂ ਕਿਸੇ ਪੋਲੀਟੀਕਲ ਫਿਗਰਸ਼ਨ ਵਾਲਾ ਹੋਵੇ ਪਰ ਕੁਝ ਆਰਗੇਨਾਈਜ਼ਡ ਵੇ ਨਾਲ ਕੁਝ ਜਥੇਬੰਦੀਆਂ ਨੇ ਆਪਣੇ ਆਪ ਨੂੰ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ ਐਕਟਿਵ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਪ੍ਰਮੁੱਖ ਰੂਪ ਵਿੱਚ ਜਿਨ੍ਹਾਂ ਨੇ ਸੁਪਨਾ ਪਾਲਿਆ ਸੀ 117 ਸੀਟਾਂ ਤੇ ਚੋਣ ਲੜਨੀ ਹੈ ਔਰ ਸਰਕਾਰ ਬਣਾਉਣੀ ਹੈ ਉਹਨਾਂ ਦੀ ਪੁਰਾਣੀ ਭਾਈਵਾਲ 40 ਸਾਲ ਦੀ ਸਾਂਝੀਦਾਰ ਸੰਸਥਾ ਸ਼੍ਰਮਣੀ ਕਾਲੀਆ ਜਿਹਦਾ 100ਵਾਂ ਸਾਲ ਚੰਦ ਰਿਹਾ ਇਸ ਵੇਲੇ ਸਥਾਪਨਾ ਦਾ ਉਹਨਾਂ ਨੇ ਵੀ ਆਪਣੀਆਂ ਜਥੇਬੰਦਕ ਸਰਗਰਮੀ ਸ਼ੁਰੂ ਕਰ ਦਿੱਤੀਆਂ ਉਹਨਾਂ ਆਪਣੇ ਵਿੰਗਸ ਸਾਰੇ ਜਿਹੜੇ ਉਹਨਾਂ ਨੂੰ ਐਕਟੀਵੇਟ ਕਰ ਲਿਆ ਆਮ ਆਦਮੀ ਪਾਰਟੀ ਨੇ ਆਪਣੇ ਨਿظام ਨੂੰ ਨਵੇਂ ਸਿਰੇ ਤੋਂ ਸਾਰੇ ਤੋੜਿਆ ਅੱਗੇ ਅਕਾਲੀ ਦਲ ਡੈਮੋਕ੍ਰੈਟਿਕ ਜਿਸ ਦੇ ਸਦਾ ਸੁਖਦੇਵ ਸਿੰਘ ਢੀਂਡ ਸਰਪ੍ਰਦਾਨ ਨੇ ਉਹਨਾਂ ਨੇ ਵੀ ਆਪਣਾ ਨਿظام ਐਕਟੀਵੇਟ ਕਰ ਲਿਆ ਪਰ ਕੁੱਲ ਮਿਲਾ ਕੇ ਇਹ ਸਾਰਾ ਕੁਝ ਉਦੋਂ ਜਿਹੜਾ ਬਿਲਕੁਲ ਡਾਰਮੈਂਸੀ ਚ ਗਿਆ ਹੋਇਆ ਸੀ ਸੋਤੇ ਚ ਸੀ ਉਹ ਹੁਣ ਜਦੋਂ ਦਿੱਲੀ ਚਲਾ ਗਿਆ ਪੰਜਾਬ ਦਾ ਐਕਟਿਵ ਫਾਰਮਰ ਉਹਦੀ ਗੈਰ ਹਾਜ਼ਰੀ ਵਿੱਚ ਇਹਨਾਂ ਸਾਰਿਆਂ ਨੇ ਇੱਥੇ ਆਪੋ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਬਤਾ ਦੇਤੀਆਂ ਪਰ ਹੁਣ ਮਸਲਾ ਇਹ ਵੀ ਖੜਾ ਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਦੇ ਖਿਲਾਫ ਇੱਕ ਸਟੈਂਡ ਹੈ ਕਿਸਾਨ ਜਥੇਬੰਦੀਆਂ ਦਾ ਕਿ ਇਹਨਾਂ ਦਾ ਘਰਾਓ ਕਰਨਾ ਹੈ ਜੀ ਇਹਨਾਂ ਨੂੰ ਜਿੱਥੇ ਜਾਣ ਇਹਨਾਂ ਦਾ ਜਿਹੜਾ ਬੰਨਣਾ ਹੈ ਇਹਨਾਂ ਨਾਲ ਡਾਇਲੌਗ ਕਰਨਾ ਹੁਣ ਨਾ ਤਾਂ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਦੀ ਸਿਆਣੀ ਹੈ ਜੀ ਜਿਹੜੀ ਸ਼ਬਦ ਸੋਚ ਕੇ ਬੋਲ ਸਕੇ ਨਾ ਜਿਹੜੇ ਜਥੇਬੰਦੀਆਂ ਦੇ ਇੱਥੇ ਥੱਲੇ ਵਰਕਰਸ ਰਹਿਗੇ ਨੇ ਉਹਨਾਂ ਚ ਮੈਚਿਓਰਿਟੀ ਲੈਵਲ ਆ ਕੇ ਘਰਾਓ ਚ ਤੇ ਗਲਪੈਣ ਚ ਕੀ ਫਰਕ ਹੈ ਜੀ ਹੁਣ ਜਿਹੜੀ ਘਟਨਾ ਉੱਥੇ ਵਾਪਰੀ ਏ ਹੁਸ਼ਿਆਰਪੁਰ ਚ ਗੋਹੇ ਵਾਲੀ ਜੀ ਜੀ ਉਹਦੇ ਵਿੱਚ ਤਿੱਖਣ ਸੂਤ ਦਾ ਇਹ ਕਹਿਣਾ ਕਿ ਦਿੱਲੀ ਤੇ ਪਿਕਨਿਕ ਮਨਾਉਣ ਜਾਂਦੇ ਨੇ ਲੋਕ ਜੀ ਇਹ ਆਪਣੇ ਆਪ ਦੇ ਵਿੱਚ ਬੜੀ ਤੁਹਾਡੇ ਵਾਸਤੇ ਇੱਕ ਪ੍ਰੋਵੋਕਟਿਵ ਹੈ ਤੁਹਾਨੂੰ ਮਤਲਬ ਤੁਹਾਡੀਆਂ ਭਾਵਨਾਵਾਂ ਨੂੰ ਫੇਸ ਲਾਉਣ ਵਾਲੀ ਹੈ ਕਿ ਮਰਦਾ ਕੀ ਨਾ ਕਰਦਾ ਤੁਸੀਂ ਇੱਕ ਇੱਕ ਰਾਤ ਤੱਕ ਜੇ ਤੁਹਾਡੀ ਕਾਰ ਖਰਾਬ ਹੋ ਜਾਵੇ ਨਾ ਕਿਤੇ ਸੜਕ ਦੇ ਕੰਢੇ ਤੇ ਤੇ ਤੁਹਾਨੂੰ 2 ਘੰਟੇ ਸਿਰ ਖੜਾਉਣਾ ਪੈ ਜਾਵੇ ਕਾਂਬੇ ਦੇ ਵਿੱਚ ਉੱਥੇ ਤੁਹਾਨੂੰ ਜਾ ਕੇ ਫਿਰ ਨਾਨੀ ਜੀ ਤੇ ਆ ਜਾਂਦੀ ਹੈ ਕਿ ਸਾਡਾ ਹਾਲ ਕੀ ਹੁੰਦਾ ਜੀ ਜੀ ਤੇ ਜਿਨ੍ਹਾਂ ਨੇ ਉੱਥੇ 30 35 40 45 45 ਦਿਨ ਕੱਟ ਲਿਆ 40ਵਾਂ ਦਿਨ ਆਜਾ ਉੱਥੇ ਜੀ ਉਹਨਾਂ ਨੂੰ ਕੋਈ ਪਿਕਨਿਕ ਤੇ ਗਏ ਨੇ ਤੇ ਯਾਰ ਹੈ ਤਾਂ ਫਿਰ ਮਤਲਬ ਕਿਸੇ ਦੇ ਜ਼ਖਮ ਤੇ ਨੰਦਰਾ ਮਾਰਨ ਵਾਲੀ ਗੱਲ ਹੀ ਹੈ ਨਾ ਬਿਲਕੁਲ ਜੀ ਬਿਲਕੁਲ ਦੂਸਰੇ ਪਾਸੇ ਜਿਹਨਾਂ ਨੇ ਵਿਰੋਧ ਕੀਤਾ ਉਹ ਵਿਰੋਧ ਵੀ ਇਹਨਾਂ ਮਤਲਬ ਜਿਹਨੂੰ ਕਹਿੰਦੇ ਨੇ ਪ੍ਰੋਗ ਕਰਨ ਵਾਲਾ ਕਿ ਗੋਹੇ ਦੀ ਟਰਾਲੀ ਜਾ ਕੇ ਅਗਲੇ ਦੇ ਘਰ ਦੇ ਬਾਹਰ ਲਾ ਦਿਓ ਜੀ ਵੇਖਣ ਨੂੰ ਤਾਂ ਗੱਲ ਬੜੀ ਲੱਗਦੀ ਹੈ ਕਿ ਵਾਹ ਵੀ ਸਵਾਰ ਲਿਆਦਾ ਕਮਾਲ ਕਰਤੀ ਕਮਾਲ ਕਰਤੀ ਪਰ ਉਹਦੇ ਨਾਲ ਜੇ ਟਕਰਾਅ ਦੀ ਸਥਿਤੀ ਬਣਦੀ ਏ ਉਹਦੇ ਨਾਲ ਅਕਸਰ ਵਾਇਲੈਂਸ ਆਉਂਦੀ ਏ ਸਾਡੇ ਸੁਭਾਅ ਦੇ ਵਿੱਚ ਅਸੀਂ ਵਾਇਲੈਂਟ ਹੁੰਨੇ ਆ ਸ਼ਬਦਾਂ 'ਚ ਵੀ ਔਰ ਵਿਹਾਰ 'ਚ ਵੀ ਔਰ ਟਕਰਾਅ ਦੀ ਸਥਿਤੀ ਤੋਂ ਹਮੇਸ਼ਾ ਬਚਣਾ ਚਾਹੀਦਾ ਏ ਜੇ ਅਸੀਂ ਦਾਅਵਾ ਕਰਦੇ ਆ ਕਿ ਅਸੀਂ ਸ਼ਾਂਤ ਅੰਦੋਲਨ ਦੇ ਵੋਟਰੀ ਆ ਤਾਂ ਸਾਨੂੰ ਇਸ ਕਿਸਮ ਦੀ ਹਰਕਮ ਕਰਨ ਤੋਂ ਬਾਅਦ ਵਿਚਾਰਨਾ ਬਣਦਾ ਏ ਕਿ ਅਸੀਂ ਇਸ ਕਿਸਮ ਦੀਆਂ ਪ੍ਰੋਕਿਊਸ਼ਨਸ ਨਾ ਤਾਂ ਹਕੂਮਤੀ ਤੰਤਰ ਦੇ ਲੋਕ ਕਰਨ ਤੇ ਨਾ ਹੀ ਅਸੀਂ ਜਿਹੜੇ ਖਾਸ ਕਰਕੇ ਉਹਦੇ ਵਿਕਟਮ ਨਹੀਂ ਅਸੀਂ ਕਰੀਏ ਪਰ ਕਿਉਂਕਿ ਹੁਣ ਟਕਰਾਅ ਬਣ ਗਿਆ ਉੱਥੇ ਉਦੋਂ ਬਾਅਦ ਚ ਬੀਬਾ ਹਰ ਸਿਮਰਤ ਥੋਰੀ ਜਦੋਂ ਬਡਲਾੜਾ ਕੰਸਟਿਟੂਐਂਸੀ ਚ ਗਏ ਨੇ ਆਪਣੀ ਉਹਨਾਂ ਦੀ ਪਾਰਲੀਮੈਂਟ ਦੀ ਕੰਸਟਿਟੂਐਂਸੀ ਦਾ ਹਿੱਸਾ ਹੋ ਉੱਥੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਤੁਸੀਂ ਆਪ ਵੇਖ ਚੁੱਕੇ ਹੋ ਕਿ ਜਦੋਂ ਸੈਫਜਾਹਾਂ ਦੀ ਸ਼ਹਾਦਤ ਦਾ ਸ਼ਹੀਦ ਦੀ ਜੋੜ ਮੇਲ ਸੀ ਉਹਦੇ ਆਖਰੀ ਦਿਨ ਜਦੋਂ ਉੱਥੇ ਮੱਥਾ ਟੇਕਣ ਗਏ ਨੇ ਬਾਅਦ ਵਿੱਚ ਪ੍ਰੈਸ ਕਾਨਫਰੰਸ 'ਚ ਉੱਥੇ ਤੇ ਉੱਥੇ ਵੀ ਉਹਨਾਂ ਨਾਲ ਇਸ ਤਰ੍ਹਾਂ ਕਿਸਮ ਦੀ ਕਾਲੀ ਝੰਡੀਆਂ ਵਾਲਾ ਵਿਵਹਾਰ ਕੀਤਾ ਗਿਆ। ਜੀ। ਹੁਣ ਉਹਦੇ ਵਿੱਚ মিডিਆ ਦੇ ਵਿੱਚ ਕੁਝ ਲੋਕਾਂ ਨੇ ਸਟੈਂਡੇ ਲੈ ਲਿਆ ਕੈਸੀ ਕਰਵਾਇਆ ਅਸੀਂ ਕੀਤਾ। ਜਿਹਨਾਂ ਦੇ ਖਿਲਾਫ ਹੋਇਆ ਉਹਨਾਂ ਦੇ ਕਰਿੰਦਿਆਂ ਦੇ ਅੱਗੋਂ ਜਿਹੜਾ ਬੰਦੇ ਨੇ ਝੰਡੀਆਂ ਚਲਾਈਆਂ ਸੀ ਕਾਲੀਆਂ ਉਹ ਘੇਰ ਕੇ ਉਹ ਉਹਦੇ ਉਹਦੇ ਨਾਲ ਡਾਇਰੈਕਟ ਐਕਸ਼ਨ ਕਰ ਦਿੱਤਾ। ਹੁਣ ਸਟੇਟ ਗਵਰਨਮੈਂਟ ਕਿੱਧਰ ਗਈ? ਉਹ ਸਾਈਡ ਤੇ ਕਰ ਦੇਤੀ ਤੁਸੀਂ। ਸੋ ਜੀ। ਉਹ ਤੋਂ ਬਾਅਦ ਵਿੱਚ ਜਿਹੜਾ ਸਾਰਾ ਵਿਹਾਰ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਉਸ ਨੂੰ ਵੀ ਅਜੇ ਦਿਸ਼ਾ ਨਹੀਂ ਮਿਲ ਰਹੀ ਕਿ ਉਹ ਕਿਵੇਂ ਵਿਹਾਰ ਕਰਨਾ ਹੁਣ ਜਿੰਨੀ ਤਲਕੀ ਹਰਜੀਤ ਸਿੰਘ ਗਰੇਵਾਲ ਤੇ ਸੁਰਜੀਤ ਕੁਮਾਰ ਜਿਆਣੀ ਦੇ ਬੋਲਾਂ ਚ ਪਸ਼ਵਨੀ ਸ਼ਰਮਾ ਦੇ ਬੋਲਾਂ ਚ ਇਹ ਸਾਰੀ ਅਮਿਤ ਸ਼ਰਮ ਅਮਿਤ ਸ਼ਾਹ ਹੋਰ ਨਾਲ ਮੁਲਾਕਾਤ ਤੋਂ ਬਾਅਦ ਹੋਰ ਗ੍ਰੀਨਟ ਹੋ ਗਈ ਜਿਵੇਂ ਫੁੱਟਬਾਲ ਤੇ ਫੂਕ ਭਰ ਜਾਂਦੀ ਹੈ ਜਿਆਦਾ ਬੁੜਕ ਦਾ ਜੀ ਜੀ ਇਸ ਕਰਕੇ ਜਿਹੜੀਆਂ ਇਹ ਸਾਰੀਆਂ ਗੱਲਾਂ ਹੈਗੀਆਂ ਨੇ ਇਹ 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 ਚੱਕੀ ਹੋਈ ਪੈਂਚਾਂ ਦੀ ਠਾਣੇ ਦਾਦੇ ਬਰੋਬਰ ਬੋਲਣ ਵਾਲੀ ਗੱਲ ਹੈ ਮਤਲਬ ਉਹ ਇਹ ਟਕਰਾਅ ਦੀ ਸਥਿਤੀ ਬਣਦੀ ਹੈ ਜਿਹੜੀ ਸਰਕਾਰ ਨੂੰ ਹਮੇਸ਼ਾ ਪੁੱਗਦੀ ਹੈ ਸਰਕਾਰ ਨੂੰ ਕਿਉਂ ਪੁੱਗਦੀ ਹੈ ਕਿਉਂਕਿ ਜਦੋਂ ਟਕਰਾਅ ਦੀ ਸਥਿਤੀ ਬਣਦੀ ਹੈ ਉਹਦੇ ਵਿੱਚ ਲੋਕਾਂ ਨੂੰ ਕੁੱਟਣਾ ਤੇ ਲੁੱਟਣਾ ਸੌਖਾ ਹੋ ਜਾਂਦਾ ਹੈ ਬਿਲਕੁਲ ਇਸ ਕਰਕੇ ਸ਼ਾਂਤੀ ਤੋਂ ਵੱਡਾ ਕੋਈ ਹਥਿਆਰ ਨਹੀਂ ਤੁਸੀਂ ਮਹਾਤਮਾ ਗਾਂਧੀ ਦੀਆਂ ਸੌ ਗੱਲਾਂ ਨਾਲ ਆਪਣੀ ਸਹਿਮਤੀ ਬਿਸ਼ੱਕ ਨਾਮ ਪ੍ਰਗਟਾਓ ਪਰ ਉਹਦਾ ਇਹ ਜਿਹੜਾ ਹੈਗਾ ਸਹਿਣਸ਼ੀਲਤਾ ਵਾਲਾ ਇੱਕ ਸਿਧਾਂਤ ਉਹ ਉਹਦਾ ਸਭ ਤੋਂ ਵੱਡਾ ਹਥਿਆਰ ਬਣਦਾ ਹੈ ਜੀ ਸਾਨੂੰ ਅੰਨੰਗੀ ਆਖ ਨੂੰ ਦੱਸਦਾ ਵੀ ਪਿਸਤੌਲ ਵੱਡਾ ਹਥਿਆਰ ਹੁੰਦਾ ਅਜੀ ਕਹਿੰਦੇ ਨਹੀਂ ਪਿਸਤੌਲ ਦੀ ਬੰਦੂਕ ਵੱਡੀ ਹੁੰਦੀ ਹੈ ਬੰਦੂਕ ਨਹੀਂ ਨਹੀਂ ਬੰਦੂਕ ਨਹੀਂ ਵੱਡੀ ਹੁੰਦੀ 1.47 ਵੱਡੀ ਹੁੰਦੀ ਉਹਦੀ ਮਾ ਜੰਪੀ ਫਿਰ 156 ਆ ਗਈ ਨਹੀਂ ਨਹੀਂ ਬੰਬ ਵੱਡਾ ਹੁੰਦਾ ਨਹੀਂ ਨਹੀਂ ਗ੍ਰੇਨੇਡ ਵੱਡਾ ਹੁੰਦਾ ਅਲਟੀਮੇਟਲੀ ਐਟਮ ਤੱਕ ਪਹੁੰਚ ਗਏ ਸੀ ਵੱਡਾ ਤਾਂ ਉਹ ਚਿੱਟਾ ਝੰਡਾ ਹੁੰਦਾ ਜੀ ਜਿਹੜਾ ਲੜਦਿਆਂ ਨੂੰ ਕਹਿੰਦਾ ਕਿ ਗਾ ਅੱਗੇ ਨਾ ਵਧਿਓ ਅੱਗੇ ਮੈਂ ਖੜਾ ਜੀ ਕੋਰਾ ਵਰਕਾ ਹੁੰਦਾ ਜਿਸ ਤੇ ਕੁਝ ਵੀ ਲਿਖ ਸਕਦੇ ਹੋ ਸੋ ਸਾਨੂੰ ਆਪਣੀ ਜਿਹੜੀ ਸਹਿਣਸ਼ੀਲਤਾ ਹੈ ਜੇ ਸਹਿਣਸ਼ੀਲਤਾ ਨਿੱਕਾ ਹਥਿਆਰ ਹੁੰਦਾ ਨਾ ਤੇ ਪੰਜਵੇਂ ਪਾਤਸ਼ਾਹ ਕਦੇ ਨਾ ਵਰਤਦੇ ਬਿਲਕੁਲ ਤਤੀ ਤਵੀ ਤੇ ਤੇਰਾ ਕੀ ਹੈ ਮਿੱਠਾ ਲੱਗੇ ਨਾ ਕਹਿੰਦੇ ਜੀ ਨੌਵੇਂ ਪਾਤਸ਼ਾਹ ਸੀ ਇਸ ਪੇਂਟ ਕਰਨ ਵਾਸਤੇ ਦਿੱਲੀ ਨਾ ਜਾਂਦੇ ਜੀ ਉਹਨਾਂ ਨਾਲ ਵੀ ਹਥਿਆਰਾਂ ਵਾਲੇ ਜਾ ਸਕਦੇ ਸੀ ਉਹਨਾਂ ਵਕਤਾਂ 'ਚ ਵੀ ਬਦਲੇ ਦੀ ਭਾਵਨਾ ਪ੍ਰਚੰਡ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਬਾਬਲ ਦਾ ਬਦਲਾ ਲੈ ਸਕਦੇ ਸੀ ਜੀ ਇਸ ਕਰਕੇ ਸਾਡੀ ਵਿਰਾਸਤ ਵਿੱਚ ਜਿਹੜੀਆਂ ਚੰਗੀਆਂ ਚੀਜ਼ਾਂ ਪਈਆਂ ਨੇ ਉਹਨਾਂ ਨੂੰ ਵੀ ਸੰਭਾਲਣਾ ਜ਼ਰੂਰੀ ਹੈ ਜਿੰਨਾ ਆਪਣੀ ਅਣਖ ਤੇ ਸਵੈਮਾਨ ਨੂੰ ਸੰਭਾਲਣਾ ਜ਼ਰੂਰੀ ਹੈ ਜੀ ਅਸੀਂ ਸਾਰੇ ਅੱਜ ਉਹਨਾਂ ਪੋਲੀਟিক্যাল ਪਾਰਟੀਆਂ ਨੂੰ ਨਵੇਂ ਸਿਰੇ ਤੋਂ ਅਸੈਸ ਕਰਨ ਦਾ ਕੋਈ ਕੋਸ਼ਿਸ਼ ਕਰਨਾ ਕਰਨੀ ਯਤਨ ਕਰਨਾ ਹੈ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਗੁੰਮਰਾਹ ਕੀਤਾ ਹੈ ਤੇ ਨਵੇਂ ਰੂਪ ਦੇ ਵਿੱਚ ਸਾਨੂੰ ਕਿਵੇਂ ਟ੍ਰੀਟ ਕਰਨਗੇ ਕੀ ਉਹ ਨਵੇਂ ਟੂਲਸ ਨਾਲ ਆ ਰਹੇ ਨੇ ਜਾਂ پرانے ٹੂਲਸ ਨਾਲ ਸਾਨੂੰ ਫਿਰ ਉੱਥੇ ਹੀ ਵੜਨਗੇ ਜਿੱਥੋਂ ਸਾਨੂੰ ਅਗਲਾ ਸਿਰਾ ਨਹੀਂ ਦਿਸਣਾ ਹਨੇਰਾ ਹੀ ਹਨੇਰਾ ਅੱਗੇ ਅੰਨੀ ਗੁਫਾ ਦੇ ਵਿੱਚ ਜਾਂ ਟਨਲ ਦੇ ਵਿੱਚ ਵੜ ਦੇਣਗੇ ਜਿਹਦਾ ਪਿਛਲਾ ਸਿਰਾ ਬਹੁਤ ਪਿੱਛੇ ਰਹਿ ਜਾਣਾ ਅਗਲਾ ਸਿਰਾ ਲੱਭਣਾ ਨਹੀਂ ਇਸ ਕਰਕੇ ਲੋਕਾਂ ਨੂੰ ਸਚੇਤ ਹੋਣਾ ਪਵੇਗਾ ਕਿ ਇਹਨਾਂ ਪੋਲੀਟੀਕਲ ਪਾਰਟੀਆਂ ਨਾਲ ਕਿਵੇਂ ਵਿਹਾਰ ਕਰਨਾ ਕਿਉਂਕਿ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਹਿੰਦੇ ਸਹੇ ਦਾ ਤੇ ਸ਼ਿਕਾਰੀ ਕੁੱਤੇ ਦਾ ਦਿਸ਼ਾ ਇੱਕੋ ਚ ਭੱਜਣਾ ਲਾਜ਼ਮੀ ਇਸ ਕਰਕੇ ਆ ਕਿਉਂਕਿ ਸਹਰ ਜਾਨ ਬਚਾਉਣੀ ਹੈ ਤੇ ਕੁੱਤੇ ਨੇ ਜਾਨ ਲੈਣੀ ਹੈ ਜੀ ਪਰ ਦੋਵਾਂ ਦੀ ਸਟ੍ਰੈਟਜੀ ਆਪ ਕੋ ਆਪਣੀ ਹੋਣੀ ਚਾਹੀਦੀ ਹੈ ਸਾਡੀਆਂ ਪੋਲੀਟਿਕਲ ਪਾਰਟੀਆਂ ਦਾ ਅਜੰਡਾ ਕੀ ਹੈ ਉਹਨੂੰ ਸਮਝਣ ਵਾਸਤੇ ਸਾਨੂੰ ਸੁਚੇਤ ਪੱਧਰ ਤੇ ਐਨਲਾਈਜ਼ ਕਰਕੇ ਉਹ ਵੀ ਆਵਾਜ਼ ਆਖ ਰੱਖਣੀ ਪੈਗੀ ਤਾਂ ਕਿ ਅਸੀਂ ਉਸ ਦੇ ਚੁੰਗਲ ਵਿੱਚ ਦੁਬਾਰਾ ਉਨੇ ਸੌਖੇ ਨਾਲ ਫਸ ਸਕੀਏ ਜੇ ਫਸੀਏ ਤਾਂ ਘਟੂ ਘਟ ਉਹਨਾਂ ਦੇ ਏਜੰਡੇ ਵਿੱਚ ਕੁਝ ਤਬਦੀਲੀ ਸਿਫਤੀ ਤਬਦੀਲੀ ਹੋਵੇਗੀ ਜਿਸ ਨਾਲ ਲੋਕਾਂ ਦੀ ਜਾਨ ਥੋੜੀ ਸੌਖੀ ਹੋ ਸਕੇ ਜੀ ਕਿਲਸਾ ਬੜੇ ਸੋਹਣੇ ਵਿਚਾਰ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਗਿਲਸਾ ਮੈਂ ਅਗਲਾ ਸਵਾਲ ਇਹ ਪੁੱਛਣਾ ਚਾਹੁੰਦੀ ਆ ਕਿ ਕਿਸਾਨ ਮੋਰਚਾ ਜਦੋਂ ਦਾ ਸ਼ੁਰੂ ਹੋਇਆ ਆ 70 ਦੇ ਕਰੀਬ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਹੋ ਚੁੱਕਿਆ ਤੇ ਸਰਕਾਰ ਦੀ ਅੱਖ ਕਿਤੇ ਨੰਮ ਨਹੀਂ ਹੋਈ ਤੇ ਬੀਤੇ ਦਿਨ ਜਿਹੜਾ ਅਮਰੀਕਾ ਦੇ ਵਿੱਚ ਕੈਪੀਟਲ ਹਿੱਲ ਤੇ ਜਿਹੜਾ ਹਿੰਸਾ ਹੋਈ ਆ ਤੇ ਉਹਦੇ ਲਈ ਪ੍ਰਧਾਨ ਮੰਤਰੀ ਨੇ ਬੜੀ ਜਲਦੀ ਟਵੀਟ ਕੀਤਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਪ੍ਰਧਾਨ ਮੰਤਰੀ ਨੂੰ ਆਪਣੇ ਦੇਸ਼ 'ਚ ਨਹੀਂ ਦੇਖ ਰਿਹਾ ਕਿ ਬਹੁਤ ਕੁਝ ਐਦਾਂ ਦਾ ਹੋ ਰਿਹਾ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਨਹੀਂ ਇਹ ਬੇਟੇ ਸਵਨੇ ਨੇ ਇਸ ਤੋਂ ਵੱਡੀ ਗੱਲ ਹੋਰ ਆ ਕਿ ਜਦੋਂ ਤਾਂ ਜਸਟਨ ਟਰੂਡੋ ਨੇ ਕਮੈਂਟ ਕੀਤਾ ਸਾਡੇ ਕਿਸਾਨੀ ਮੋਰਚੇ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜੀ ਤਾਂ ਅਸੀਂ ਹੁਬ ਕੇ ਕਿਹਾ ਕਿ ਇਹਨਾਂ ਨੂੰ ਆਪਣੇ ਕੈਨੇਡਾal ਧਿਆਨ ਰੱਖਣਾ ਚਾਹੀਦਾ ਸਾਡੇ ਮੁਲਕ ਦੇ ਅੰਦਰੂਨੀ ਮਾਮਲੇ ਵਿੱਚ ਦਖਲ ਨਾ ਦੇਣ ਬਿਲਕੁਲ ਬਿਲਕੁਲ ਤੇ ਹੁਣ ਜਦੋਂ ਅਮਰੀਕਾ ਦੇ ਵਿੱਚ ਇਸ ਕਿਸਮ ਦੀ ਗੜਬੜੀ ਹੋਈ ਹੈ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਉਧਰ ਸਟੇਟਮੈਂਟ ਦੇ ਦਿੱਤੀ ਉਹ ਤਾਂ ਉੱਥੇ ਲਾਗੂ ਹੁੰਦੀ ਹੈ ਨਾ ਜਿਵੇਂ ਕਹਿੰਦੇ ਹੁੰਦੇ ਨੇ ਕਹਿੰਦੇ ਓਏ ਕਹਿੰਦੇ ਤੇਰੀ ਮਾਂ ਰਾਤੀ ਮੜੀਆ ਹੀ ਦੁਰੀ ਫਿਰਦੀ ਸੀ ਕਹਿੰਦਾ ਕਿਹਨੇ ਵੇਖੀ ਏ ਤੈਨੂੰ ਕਿਹਨੇ ਦੱਸਿਆ ਕਹਿੰਦਾ ਮੇਰੀ ਮਾਂ ਨੇ ਕਹਿੰਦਾ ਉੱਥੇ ਹੀ ਕਰਦੀ ਫਿਰਦੀ ਸੀ ਵੀ ਸੋ ਕਿਸੇ ਨੂੰ ਕਹਿਣਾ ਬੜਾ ਸੌਖਾ ਹੁੰਦਾ ਜੀ ਕਿ ਆਹ ਕੰਮ ਨਹੀਂ ਕਰਨਾ ਚਾਹੀਦਾ ਫਰਾਂਲੇ ਨੇ ਕੰਮ ਕਿਉਂ ਕੀਤਾ ਪਰ ਜਦੋਂ ਆਪੋ ਹੀ ਕੰਮ ਕਰਦੇ ਹੋ ਤਾਂ ਭੁੱਲ ਜਾਂਦੇ ਆ ਵੀ ਆਪਾਂ ਕਿਸੇ ਹੋਰ ਨੂੰ ਵੇਣਾ ਮਾਰਿਆ ਸੀ ਤੇ ਇਸ ਕਰਕੇ ਅੱਖਾਂ ਨਮ ਹੋਣ ਦੀ ਗੱਲ ਵੀ ਤੁਹਾਡੀ ਸਹੀ ਹੈ ਪਰ ਕਰੀਏ ਕੀ ਅਜਾ ਚિત੍ਰਕਾਰ ਹੁੰਦਾ ਖੇਰੇ ਬੜਾ ਕਮਾਲ ਦਾ ਕਹਿੰਦਾ ਨਾ ਨਮ ਹੋਣਾ ਨਖਮ ਹੋਣਾ ਹੈ ਜਿੰਨਾ ਦਾ ਸੁਭਾਅ ਹੋਇਆ ਅਜੇ ਇਹ ਪੱਥਰਾਂ ਦੇ ਸੰਗ ਸਾਡਾ ਵਾਸਤਾ ਹੋਇਆ ਸਾਡੀ ਹਕੂਮਤ ਚਾਹੇ ਉਹ ਪਹਿਲੀ ਸੀ ਚਾਹੇ ਵਰਤਮਾਨ ਹੈ ਉਹ ਅੰਕੜਿਆਂ ਤੇ ਜਿਉਂਦੀ ਹੈ ਉਹਦੇ ਵਾਸਤੇ 70 ਬੰਦੇ ਮੈਟਰ ਨਹੀਂ ਕਰਦੇ ਜੀ ਉਹਨਾਂ ਵਾਸਤੇ ਜਸਟ ਅੰਕੜੇ ਨੇ ਉਹਨਾਂ ਵਾਸਤੇ ਬੰਦੇ ਨਹੀਂ ਉਹਨਾਂ ਵਾਸਤੇ ਘਰਾਂ ਦੇ ਮੁਖੀਏ ਨਹੀਂ ਪੁੱਤਰ ਧੀਆਂ ਨਹੀਂ ਉਹਨਾਂ ਵਾਸਤੇ ਉਹ ਅੰਕੜੇ ਨੇ ਜਦੋਂ ਬੰਦੇ ਨੂੰ ਅਸੀਂ ਡਿਜੀਟਲ ਚ ਇਹ ਅੰਕੜੇ ਕਨਵਰਟ ਕਰ ਲੈਣੇ ਆ ਨਾ ਤਬਦੀਲ ਕਰ ਲੈਣੇ ਆ ਉਦੋਂ ਪੁੱਤਰ ਸੰਵੇਦਨਾ ਸਭ ਤੋਂ ਪਹਿਲਾਂ ਕੁਰਬਾਨ ਹੁੰਦੀ ਹੈ ਸੋ ਮੇਰੇ ਵਤਨ ਦੀ ਸੰਵੇਦਨਾ ਕੁਰਬਾਨ ਨਾ ਹੋਵੇ ਇਹ ਅਰਦਾਸ ਕਰਨੀ ਬਣਦੀ ਹੈ ਔਰ ਕੋਸ਼ਿਸ਼ ਕਰਨੀ ਬਣਦੀ ਹੈ ਖਾਸ ਕਰਕੇ ਮੀਡੀਆ ਨੂੰ ਕਿ ਅਸੀਂ ਸੰਵੇਦਨਾ ਜਿਉਂਦੀ ਰੱਖੀਏ ਤਾਂ ਕਿ ਸਾਡੇ ਰਿਸ਼ਤਿਆਂ ਦੀ ਪਾਕਿਸਤਾਨ ਕੀ ਗਏ ਜੀਆਂ ਦੀ ਦਰਦਮੰਦੀ ਦਾ ਅਹਿਸਾਸ ਲਗਾਤਾਰ ਜਿਉਂਦਾ ਰਹੇ ਕਿਤੇ ਇਹ ਨਾ ਹੋਵੇ ਕਿ ਜਿਵੇਂ ਕਿਸੇ ਜੁੱਤੀਆਂ ਦੀ ਦੁਕਾਨ 'ਚ ਦੱਬੇ ਪਏ ਹੁੰਦੇ ਨੇ ਇੱਕ ਡੱਬੇ ਨੂੰ ਇਹ ਨਹੀਂ ਪਤਾ ਨਾਲ ਦੇ ਡੱਬੇ 'ਚ ਕੀ ਪਿਆ। ਉਸ ਕਿਸਮ ਦਾ ਮਨੁੱਖ ਨਾ ਬਣ ਜਾਈਏ। ਜੀ। ਗਿਲ ਸਭ ਬੇਬੇ ਮਹਿੰਦਰਕੌਰ ਨੇ ਕੰਗਣਾ ਰਣੌਤ ਦੇ ਉੱਤੇ ਮਾਨਹਾਨੀ ਦਾ ਕੇਸ ਕੀਤਾ ਆ ਜੀ। ਇਹ ਉਹ ਬੇਬੇ ਮਹਿੰਦਰਕੌਰ ਹੈ ਜਿਸ ਨੂੰ ਕੰਗਣਾ ਰਣੌਤ ਪੈਸੇ ਲੈ ਕੇ ਦਿਹਾੜੀਆਂ ਤੇ ਦਿਹਾੜੀਆਂ ਲਈ ਦਿਹਾੜੀਆਂ ਕਰਕੇ ਅੰਦੋਲਨਾਂ ਦੇ ਵਿੱਚ ਆਉਣ ਵਾਲੀ ਬੇਬੇ ਦੱਸਦੀ ਸੀਗੀ ਤੇ ਹੁਣ ਉਹਨਾਂ ਨੇ ਬਠਿੰਡਾ ਦੇ ਵਿੱਚ ਕੰਗਣਾ ਰਣੌਤ ਤੇ ਮਾਨਹਾਨੀ ਦਾ ਕੇਸ ਕਰਤਾ ਜੀ। ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਅਸਲ 'ਚ ਇਨਸਰਟ ਤਾਂ ਮੇਰੀ ਧਰਤੀ ਦੀ ਉਸ ਹਰ ਮਾਂ ਦੀ ਏ ਜੀ ਜਿਸ ਬਾਰੇ ਕੰਗੜਾ ਨੇ ਇਹ ਫਤਵਾ ਜਾਰੀ ਕੀਤਾ ਕਿ ਤਾਂ 1000 ਰੁਪਏ ਪਾੜੇ ਤੇ ਆਈਆਂ ਹੋਈਆਂ ਜੀ ਔਰਤਾਂ ਨੇ ਉਹ ਹੀ ਠੀ ਮਾਤਾ ਮਿੰਦਰ ਕੌਰ ਕੱਲੀ ਦੀ ਨਹੀਂ ਉਹ ਠੀ ਹਰ ਧਰਤੀ ਦੀ ਧੀ ਦੀ ਏ ਜਿਹੜੀ ਕਿਸੇ ਵੀ ਸਟਰਗਲ ਦੇ ਵਿੱਚ ਜਾਂਦੀ ਏ ਇਹ ਗੱਲਾਂ ਨਹੀਂ ਕਰਨੀ ਚਾਹੀਦੀਆਂ ਸੀ ਪਰ ਕਿਉਂਕਿ ਹੁਣ ਵਕੀਲ ਸਾਹਿਬ ਨੇ ਕੇਸ ਫਾਈਲ ਕਰ ਦਿੱਤਾ ਇਸ ਕਰਕੇ ਇਚਾਰਦਨ ਖਬਰਾਂ 'ਚ ਤੇ ਜਰੂਰ ਆਏਗਾ ਪਰ ਕੱਢਣ ਪਾਉਣ ਨੂੰ ਕੱਖ ਨਹੀਂ ਸਵਾਏ ਇਸ ਗੱਲ ਤੋਂ ਕਿ ਚੈਲੰਜ ਤਾਂ ਕੀਤਾ ਘਟੋ ਘਟ ਸਾਡੀ ਇਜ਼ਮਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਏ ਧੀਏ ਮੇਰੇ ਗੌਂਡੀ ਸੂਬੇ ਹਿਮਾਚਲ ਪ੍ਰਦੇਸ਼ ਦੀ ਏ ਜੰਮੀਏ ਜਾਈਏ ਬੀਬੀ ਕੰਗੜਾ ਤੈਨੂੰ ਇਹੋ ਜਿਹੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀ ਕਿਉਂਕਿ ਤੈਨੂੰ ਵੀ ਕਿਸੇ ਮਾਂ ਨੇ ਪੈਦਾ ਕੀਤਾ ਉਸ ਮਾਂ ਦੀ ਬੇਹਰਮਤੀ ਕੀਤੀ ਹੈ ਤੂੰ ਕਿਸੇ ਹੋਰ ਮਾਵੇਂਂਦਰ ਕੌਰ ਨੂੰ ਇਹੋ ਜਿਹੀ ਟਿੱਪਣੀ ਕਰਕੇ ਸੋ ਕਾਨੂੰਨ ਕੀ ਦਿਸ਼ਾ ਲੈਂਦਾ ਹੈ ਉਹਦੇ ਬਾਰੇ ਤੇ ਮੈਂ ਕੁਝ ਨਹੀਂ ਕਹਿ ਸਕਾਂਗਾ ਕਿਉਂਕਿ ਕਾਨੂੰਨ ਨੇ ਆਪਣਾ ਰੋਕ ਅਖਤਿਆਰ ਕਰਨਾ ਹੁੰਦਾ ਪਰ ਕੁੱਲ ਮਿਲਾ ਕੇ ਗੱਲਾਂ ਸਾਰੀਆਂ ਉਦਾਸ ਕਰਦੀਆਂ ਨੇ ਜੀ ਗਿਲ ਸਭ ਪਿਛਲੇ ਦਿਨੀ ਇੱਕ ਅਫਵਾਹ ਉੱਡੀ ਸੀ ਕਿ ਦਿਲਜੀਤ ਦਸਾਂਝ ਨੇ ਕਿਸਾਨੀ ਅੰਦੋਲਨ ਦੇ ਵਿੱਚ ਕਰੋੜਾ ਰੁਪਏ ਦਾ ਸਮਰਥਨ ਦਿੱਤਾ ਆ ਤੇ ਇਨਕਮ ਟੈਕਸ ਦੇ ਸ਼ਿਕੰਜੇ ਚ ਆ ਗਿਆ ਹੁਣ ਇਨਕਮ ਟੈਕਸ ਨੇ ਦਿਲਜੀਤ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਆ ਤੇ ਇਹ ਅਫਵਾਹ ਕਾਫੀ ਸਰਗਰਮ ਰਹੀ ਸੀਗੀ ਕੀ ਕਹਿਣਾ ਚਾਹੋਗੇ ਇਸ ਬਾਰੇ ਦਿਲਜੀਤ ਦਸਾਂਝ ਕੋਈ ਲੁਧਿਆਣੇ ਦਾ ਪੁੱਤਰ ਹੈ ਲੁਧਿਆਣੇ ਜੰਮਿਆ ਜਾਇਆ ਜੰਮਿਆ ਦਸਾਂਝ ਸੁਗਾੜੇ ਕੋਲ ਪਿੰਡ ਦਸਾਂਝਾ ਉੱਥੋਂ ਦਾ ਪਰ ਕਿਉਂਕਿ ਪੜਿਆ ਇੱਥੇ ਹੈ ਇੱਥੇ ਹੀ ਉਹਦਾ ਪਰਿਵਾਰ ਅਰਬਨਸੇਡ ਦੁੱਗਰੀ ਚ ਰਹਿੰਦਾ ਇੱਥੇ ਉਹਦੇ ਨਾਨਕੇ ਰਹਿੰਦੇ ਨੇ ਭਾਵੇਂ ਨਾਨਕੇ ਉਹਦੇ ਬਿਲਗੇ ਦੇ ਨੇ ਪਰ ਇੱਥੇ ਹੀ ਜਵਿੰਦਰ ਸਿੰਘ ਸੋਢੀ ਜਿਹੜੇ ਰਾਗੀ ਨੇ ਪੰਥ ਪ੍ਰਸਿੱਧ ਬਹੁਤ ਵੱਡੇ ਉਹਨਾਂ ਦਾ ਭਣਦਾ ਬਚਪਨ ਤੋਂ ਇਸ ਬੱਚੇ ਨੂੰ ਜਾਣਦੇ ਆ ਸੰਵੇਦਨਸ਼ੀਲ ਬੱਚਾ ਉਹਦੇ ਭਾਗ ਜਾ ਕੇ ਕਿ ਇੱਕ ਚੰਗੇ ਗਾਇਕ ਤੋਂ ਤੁਰਦਾ ਤੁਰਦਾ ਇਸ ਵੇਲੇ ਬਾਲੀਵੁੱਡ ਦਾ ਵੱਡਾ 스타 ਹੈ ਪਰ ਇਹ ਸੋਹਣੇ ਕਮਾਉਂਦਾ ਹੈ ਦਾਨ ਬੜਾ ਕਰਦਾ ਹੈ ਹਰ ਕ੍ਰਾਈਸਿਸ ਦੀ ਘੜੀ ਜਦੋਂ ਕੋਰੋਨਾ ਵਾਇਰਸ ਨੇ ਆ ਕੇ ਹਮਲਾ ਕੀਤਾ ਤੇ ਸ਼ਾਇਦ ਆ ਬਹੁਤ ਨਹੀਂ ਤੇ ਘਟੋ ਘਟ 60-70 ਲੱਖ ਰੁਪਏ ਤੇ ਮੇਰੇ ਧਿਆਨ ਚ ਇਹ ਜਿਹੜਾ ਉਸਨੇ ਵਕਫਾ ਖਸਾ ਦਿੰਦਿਆਂ ਨੂੰ ਆਪਣੇ ਜਿਹੜਾ 뮤직 ਇੰਡਸਟਰੀ ਦੇ ਜਿਹੜੇ ਕਾਮੇ ਨੇ ਉਹਨਾਂ ਨੂੰ ਡਿਸਟ੍ਰਿਬਿਊਟ ਕੀਤਾ ਹੋਵੇਗਾ ਅਨਾਜ ਦੇ ਰੂਪ ਤੇ ਰਾਸ਼ਨ ਦੇ ਰੂਪ ਤੇ ਵਿੱਚ ਉਸ ਦਾ ਇੱਕ ਮੁੰਡਾ ਸੈਕਟੀ ਹੈ ਤੇ ਕੁਲਦੀਪ ਜੋਧਾ ਤੋਂ ਉਹਦੇ ਰਾਹੀਂ ਹੋਰ ਦੋਸਤ ਉਹਨਾਂ ਨੇ ਟਰਸਟ ਜਿਹੜਾ ਬਣਾਇਆ ਆਪਣਾ ਉਹ ਫਾਊਂਡੇਸ਼ਨ ਬਣਾਈ ਉਹਦੇ ਵੱਲੋਂ ਤੇ ਹੁਣ ਜਦੋਂ ਉਸਨੇ ਸਿੰਘੂ ਬਾਰਡਰ ਤੇ 1 ਕਰੋੜ ਰੁਪਇਆ ਉਹਨਾਂ ਜੀਆਂ ਵਾਸਤੇ ਜਿਹੜੇ ਵਕ-ਵਕ ਥਾਮਾ ਤੇ ਵਕ-ਵਕ ਢੰਗ ਨਾਲ ਕੋਈ ਹਾਰਟ ਟੈਕ ਨਾਲ ਕੋਈ ਐਕਸੀਡੈਂਟ ਦੇ ਵਿੱਚ ਇਸ ਮੋਰਚੇ ਦਾ ਸਾਥੀ ਚੀਜ਼ ਹੋਇਆ ਉਸ ਵਾਸਤੇ ਔਰ 25 ਲੱਖ ਰੁਪਇਆ ਕਿਸੇ ਹੋਰ ਕਾਰਜ ਵਾਸਤੇ ਦਿੱਤਾ 20 ਲੱਖ ਜਾਂ 25 ਲੱਖ ਸੀ ਮੈਨੂੰ ਐਗਜੈਕਟ ਅਮਾਉਂਟ ਯਾਦ ਨਹੀਂ ਤਾਂ ਉਹ ਤਾਂ ਖੈਰ ਅਮਾਉਂਟ ਲਿਆ ਨਹੀਂ ਸੀ ਉਹਨਾਂ ਨੇ ਉਹਨੇ ਕਿਹਾ ਸੀ ਤੁਸੀਂ ਆਪ ਦਿਓ ਤੇ ਉਹ ਜਿਹੜਾ ਕਰੋੜ ਰੁਪਏ ਉਹ ਵੀ ਸ਼ਾਇਦ ਉਹਨੇ ਖਾਲਸਾ ਏਡ ਵਾਲਿਆਂ ਰਾਹੀਂ ਕੀ ਡਿਸਟ੍ਰਿਬਿਊਟ ਕੀਤਾ। ਸੋ ਕਹਿਣ ਦੇ ਭਾਵੇਂ ਆ ਕਿ ਜੇ ਉਹ ਕੋਈ ਕੰਟ੍ਰਿਬਿਊਟ ਕਰਦਾ ਬੰਦਾ ਆਪਣੀ ਫਾਊਂਡੇਸ਼ਨ ਨੂੰ ਕਰਦਾ ਤੇ ਫਿਰ ਉੱਤੇ ਇਲਜ਼ਾਮ ਤੁਰਾਸ਼ੀਆਂ ਇਸ ਕਿਸਮ ਦੀਆਂ ਕਿ ਇਨਕਮ ਟ੍ਰਾਂਸਫਰ ਨੇ ਰੇਡ ਮਾਰ ਲਿਆ ਜਿਉ ਮਾਰ ਲਿਆ ਜਿਉ ਮਾਰ ਲਈ ਅਫਵਾਹਾਂ ਇੱਕ ਵਾਰੀ ਜੋ ਉੱਡਦੀਆਂ ਨੇ ਤੇ ਹਰ ਬੰਦਾ ਉਹ ਲਗੋਟਾ ਡਾਕ ਬਣਾ ਕੇ ਗਾਹ ਤੋਂ ਗਾਹ ਤੋਰ ਦਿੰਦਾ ਸੋਸ਼ਲ ਮੀਡੀਆ ਦਾ ਜਿੱਥੇ ਬਹੁਤ ਸਾਰੇ ਫਾਇਦੇ ਨੁਕਸਾਨ ਵੀ ਬਹੁਤ ਵੱਡਾ ਹੈ ਕਿ ਕੱਚੀ ਸੂਚਨਾ ਬੜੀ ਗਾਹ ਤੋਂ ਗਾਹ ਤੁਰਦੀ ਹੈ। ਜੀ ਉਹ ਹੁਣ ਉਹਦੇ 'ਚ ਦਿਲਜੀਤ ਨੂੰ ਆਪ ਇੱਕ ਸਟੇਟਮੈਂਟ ਜਾਰੀ ਕਰਨੀ ਪਈ ਆਪ ਬੋਲ ਕੇ ਕਿ ਭਾਈ ਮੇਰੇ ਤੇ ਨਾ ਕਿਸੇ ਨੇ ਛਾਪਾਂ ਮਾਰਿਆ ਜੀ ਮੈਂ ਤਾਂ ਆਪਣਾ ਜਿੰਨਾ ਇਨਕਮ ਟੈਕਸ ਪੇ ਕਰਦਾ ਉਹ ਅਮਾਉਂਟ ਇਨਾ ਵੱਡਾ ਹੈ ਕਿ ਮੈਨੂੰ ਉਹਨਾਂ ਨੇ ਇੱਕ ਅੱਛੇ ਟੈਕਸ ਪੇਅਰ ਦੇ ਰੂਪ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਆਨਰ ਕੀਤਾ ਹੈ ਪਲੈਟਿਨਮ ਡਿਸਕ ਦੇ ਕੇ ਜੀ ਸੋ ਮੇਰੇ ਤੇ ਇਸ ਕਿਸਮ ਦੀਆਂ ਫਾਹਨਾ ਆਦ ਕਰੋ ਮੈਂ ਸਰਟੀਫਿਕੇਟ ਨੂੰ ਦਿਖਾ ਦੇਣਾ ਪਰ ਕਿੱਡੀ ਦੁੱਖ ਦੀ ਗੱਲ ਹੈ ਕਿ ਮੈਨੂੰ ਆਪਣੀ ਜਿਹੜੀ ਜਿਹੜੀ ਭਾਰਤੀ ਨਾਗਰਿਕਤਾ ਦਾ ਸਰਟੀਫਿਕੇਟ ਵੀ ਨਾ ਦਿਖਾਉਣਾ ਪੈ ਜੇ ਕਿਤੇ ਵੀ ਫਾਹਾਂ ਦਾ ਬਾਜ਼ਾਰ ਇੰਨਾ ਗਰਮ ਨਾ ਕਰੋ ਮੇਰੇ ਤੇ ਕਿਸੇ ਨੇ ਛਾਪਾ ਕੋਈ ਨਹੀਂ ਮਾਰਿਆ ਸੋ ਮੇਰੇ ਨਾਲ ਹਮਦਰਦੀ ਵੀ ਕਰਨ ਵਾਲੇ ਵੀਰ ਉਹਨਾਂ ਦਾ ਵੀ ਸ਼ੁਕਰਾਨਾ ਪਰ ਇਸ ਕਿਸਮ ਦੀ ਗੱਲ ਤੇ ਵਾਪਰ ਹੀ ਕੋਈ ਨਹੀਂ ਤੁਸੀਂ ਭਾਈ ਇਹਨੂੰ ਇੰਨਾ ਨਾ ਛਾਲੋ ਮੇਰਾ ਕਿਸੇ ਨੇ ਕੋਈ ਮੇਰੇ ਤੇ ਛਾਪਾ ਨਹੀਂ ਮਾਰਿਆ ਨਾ ਮੈਂ ਕਿਸੇ ਤੋਂ ਡਰ ਚ ਕਹਿ ਰਿਹਾ ਪੈਜ ਕਹਿ ਰਿਹਾ ਜੀ ਸੱਚ ਹੈ ਉਹ ਦੱਸ ਰਿਹਾ ਤੁਹਾਨੂੰ ਸੋ ਦਿਲਜੀਤ ਦੀ ਉਸ ਜਿਹੜੀ ਫਾਹਾਂ ਸੀ ਉਹਦੇ ਖਿਲਾਫ ਇੱਕ ਚੱਲੀ ਚਰਚਾ ਇਨਕਮ ਟੈਕਸ ਨੇ ਉਹਨੂੰ ਗ੍ਰਿਲ ਉਦੋਂ ਬਾਅਦ ਚ ਜਿਹੜੇ ਸਾਡੇ ਵਰਗੇ ਬਿਲੰਗਰੇ ਜਿਹਨਾਂ ਦਾ ਮਤਲਬ ਇਨਕਮ ਟੈਕਸ ਵੀ ਐਵੇਂ ਹਜ਼ਾਰਾਂ ਜੇ ਜੀ ਹੁੰਦਾ ਉਹਨਾਂ ਨੂੰ ਕਈਆਂ ਨੇ ਕਹਾਂ ਜੀ ਮੇਰੇ ਵੀ ਉਹਨਾਂ ਨੇ ਮੇਰੇ ਵੀ ਇਨਕਮ ਟੈਕਸ ਵਾਲੇ ਆਏ ਸੀ ਜੀ ਮੇਰੇ ਵੀ ਆਏ ਸੀ ਜੀ ਐਵੇਂ ਉਂਗਲ ਨੂੰ ਖੂਨ ਲਾ ਕੇ ਸੀਤ ਬਣਨ ਵਾਲੀ ਗੱਲ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਹਾਲ ਦੀ ਘੜੀ ਕੋਈ ਨਹੀਂ ਹਾਂ ਆੜਤੀ ਭਰਾਵਾ ਦਾ ਜਰੂਰ ਉਹਨਾਂ ਨੇ ਰਿਕਾਰਡ ਹੰਗਾਲਿਆ ਸੀ ਉਹ ਵੀ ਬੜਾ ਬਾੜੇ ਢੰਗ ਨਾਲ ਆੜਤੀ ਭਰਾਵਾ ਦੇ ਵੀ ਉਹਨਾਂ ਨੇ ਗੁੱਸਾ ਕੱਢਿਆ ਸੀ ਪਰ ਦਿਲਜੀਤ ਦਾ ਮਾਮਲਾ ਜਿਹੜਾ ਉਹਦੇ ਵਿੱਚ ਉਹਨੇ ਆਪ ਸਪਸ਼ਟ ਕੀਤਾ ਇਸ ਕਿਸ ਚੰਨੀ ਕੋਈ ਗੱਲ ਨਹੀਂ ਹੋਈ ਜੀ ਜੀ ਗਿਲਸਬ ਸ਼ਰੀ ਬਰਾੜ ਕਾਫੀ ਸੁਰਖੀਆਂ ਚ ਨੇ ਅੱਜ ਕੱਲ ਉਹਨਾਂ ਦੀ ਗ੍ਰਿਫਤਾਰੀ ਦੀ ਖਬਰ ਆਈ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਉਹ ਮੈਨੂੰ ਤਾਂ ਬੇਟੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਰੱਬੇ ਵੱਦਿਆਂ ਨੇ ਰਾਹ ਹੀ ਬਦਲ ਦਿੱਤੇ ਨੇ ਸਭ ਤੋਂ ਸੱਚੀ ਗੱਲ ਹੈ ਨਵੇਂ ਸੰਗੀਤ ਦੇ ਨਵੇਂ ਨਾਂ ਗਾਇਕਾਂ ਦਾ ਬਹੁਤਿਆਂ ਦਾ ਮੈਨੂੰ ਪਤਾ ਤੇ ਨਾਂ ਬਹੁਤਿਆਂ ਦਾ ਲਿਖਣ ਵਾਲਿਆਂ ਦਾ ਬਹੁਤ ਪਤਾ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਸੰਗੀਤ ਆ ਰਿਹਾ ਹੈ ਕਿ ਇੱਕ ਗੀਤਾਰਿਆ ਉਹਦਾ ਇੱਕ ਗੀਤਕਾਰ ਆ ਉਹਦਾ ਪਤਾ ਨਹੀਂ ਲੱਗਦਾ ਪਰ ਕਿਉਂਕਿ ਉਹਨੇ ਕਿਸਾਨ ਐਂਥਮ ਲਿਖਿਆ ਸੀ ਇਸ ਕਰਕੇ ਮੈਨੂੰ ਪਤਾ ਹੈ ਕਿ ਉਸ ਨੌਜਵਾਨ ਨੇ ਜਿਹੜਾ ਗੀਤ ਲਿਖਿਆ ਸੀ ਉਹਦੇ ਵਿੱਚ ਜਿਹੜੀਆਂ ਬਾਜ਼ਾਰ ਦੀਆਂ ਕੁਝ ਐਸੀਆਂ ਚੀਜ਼ਾਂ ਹਰਕਤਾਂ ਨੇ ਜਿਹੜੀਆਂ ਆਮ ਬੰਦ ਨੂੰ ਝੱਟ ਸਮਝ ਪੈਂਦੀਆਂ ਨੇ ਉਹ ਸਾਰੀਆਂ ਉਹਨੇ ਪਰੋਈਆਂ ਔਰ ਸੱਤ ਅੱਠ ਸਿੰਗਲਸ ਨੂੰ ਲਾ ਕੇ ਗਾਇਆ ਔਰ ਬੜਾ ਪਪੂਲਰ ਹੋਇਆ ਮੈਂ ਵੀ ਸੁਣਿਆ ਉਸ ਗੀਤ ਨੂੰ ਉੱਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ ਪਰ ਜਿਹੜਾ ਵਿਕਰਮਜੀਤ ਦੁੱਗਲ ਜਿਹੜੇ ਐਸਐਸਪੀ ਪਟਿਆਲਾ ਨੇ ਉਹਨਾਂ ਨੇ ਉਸ ਦਿਨ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਸਾਡਾ ਇਸ ਨੌਜਵਾਨ ਦੇ ਉਸ ਗੀਤ ਤੇ ਵਿਰੋਧ ਹੈ ਜਿਸ ਦੇ ਵਿੱਚ ਉਹ ਗੈਂਗਸਟਰ ਨੂੰ ਜੇਲ੍ਹ ਤੋਂ ਜੇਲ੍ਹ ਤੋੜ ਕੇ ਤੇ ਰਿਹਾ ਕਰਨ ਦੀਆਂ ਗੱਲਾਂ ਕਰਦਾ ਹਥਿਆਰਾਂ ਦੀ ਮਹਿਮਾ ਦੀ ਗੱਲ ਕਰਦਾ ਹੁਣ ਜਿਹੜੀਆਂ ਜਥੇਬੰਦੀਆਂ ਉਹਦੇ ਪੱਖ ਵਾਲੀਆਂ ਨੇ ਉਹ ਇਹ ਗੱਲ ਕਹਿੰਦੀਆਂ ਨੇ ਕਿ ਜਿਹੜਾ ਗੀਤ ਮਹੀਨਾ ਸਵਾ ਮਹੀਨਾ ਪਹਿਲਾਂ ਰਿਲੀਜ਼ ਹੋਇਆ ਉਹਦਾ ਹੁਣ ਕਾਰਵਾਈ ਕਿਉਂ ਹੁਣ ਜੇ ਤਾਂ ਰਹਿੰਦੇ ਹੁਣ ਕਿਸੇ ਹੋਰ ਸੂਬੇ 'ਚ ਫਿਰਤਾ ਉਹਨਾਂ ਨੂੰ ਪਤਾ ਸ਼ਾਇਦ ਨਾ ਹੋਵੇ ਇਹ ਸਰਕਾਰੀ ਕਾਗਜ਼ ਕਿਵੇਂ ਚੱਲਦਾ ਹੁਣ ਸਰਕਾਰੀ ਕਾਗਜ਼ ਦਾ ਮਹੀਨੇ ਚ ਐਕਟਿਵ ਹੋ ਗਿਆ ਇੰਨੀ ਮੈਂ ਕਹਿੰਦਾ ਬੜੀ ਵੱਖਰੀ ਜੀ ਗੱਲ ਹੈ ਪਰ ਕਿਉਂਕਿ ਉਸ ਚੰਗੇ ਗੀਤ ਦੇ ਲਿਖਣ ਕਰਕੇ ਉਹ ਵਧਣ ਜਾਣਿਆ ਜਾਂਦਾ ਜਿਹੜਾ ਮਾੜਾ ਗੀਤ ਹੈ ਉਹ ਵੀ ਭਾਵੇਂ ਮੈਂ ਨੋਟ ਕਰ ਰਿਹਾ ਸੀ YouTube 'ਚ ਮੈਂ ਵੀ ਸੁਣਿਆ ਗੀਤ ਉਹਦੇ ਵਾਕੇ ਕੁਝ ਗੱਲਾਂ ਹੋ ਜਾਂਦੀਆਂ ਨੇ ਜਿਹੜੀਆਂ ਚੰਗੀਆਂ ਗੱਲਾਂ ਨਹੀਂ ਹੈਗੀਆਂ ਜਿਹੜੀਆਂ ਮਤਲਬ ਡਕਣੀਆਂ ਚਾਹੀਦੀਆਂ ਸੀਗੀਆਂ ਪਰ ਅੱਜ ਕਿਸਾਨ ਜਿਹਾ ਬੰਦਾ ਇੱਕ ਆਗੂ ਦੱਸ ਰਿਹਾ ਸੀ ਕਹਿੰਦਾ ਇਹੋ ਜੇ ਗੀਤ ਤਾਂ ਪਿੰਨ ਸਾਰੇ ਹੀ ਗਾਉਂਦੇ ਸੀ ਜਿਹੜੇ ਅੱਜ ਚੰਗੇ ਗੀਤ गा ਰਹੇ ਨੇ ਸਾਰੇ ਮਾਰੇ ਗਏ ਕਿਉਂਦੇ ਸੀ ਉਦੋਂ ਕਿਉਂ ਨਾ ਹੱਥ ਪਾਇਆ ਬਾਕੀਆਂ ਨੂੰ ਹੱਥ ਕਿਉਂ ਨਾ ਪਾਇਆ ਬਿਲਕੁਲ ਠੀਕ ਗੱਲ ਹੈ ਵਾਜਬ ਗੱਲ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼੍ਰੀ ਬਰਾਲ ਜਾਂ ਕੋਈ ਨੌਜਵਾਨ ਹੋਰ ਹੋਵੇ ਉਹਨਾਂ ਨੂੰ ਵੀ ਆਪਣੀ ਲਿਖਤ ਆਪਣੀ ਆਵਾਜ਼ ਉਸ ਖੇਤਰ 'ਚ ਦੇਣੀ ਚਾਹੀਦੀ ਏ ਜਿਹੜੇ ਖੇਤਰ ਦੇ ਵਿੱਚ ਸੋਸਾਇਟੀ ਦਾ ਕੋਈ ਭਲਾ ਹੁੰਦਾ ਹੋਵੇ ਹੁਣ ਕਿਉਂਕਿ ਉਹ ਉਸ ਤੇ ਕੇਸ ਅਸਿਸਟ ਹੋ ਚੁੱਕਿਆ ਔਰ ਪੁਲਿਸ ਜਾ ਕੇ ਹਾਰ ਤਾਂ ਪਾਉਂਦੀ ਨਹੀਂ ਉਹਨੂੰ ਸੇਖਤ ਲੱਗੇ ਹੀ ਹੋਵੇਗਾ ਪਰ ਉਹ ਸੇਖ ਦੇ ਵਿੱਚ ਇਸ ਗੀਤ ਨੂੰ ਜ਼ਿੰਮੇਵਾਰ ਕਹਿਣਾ ਕਿਉਂਕਿ ਉਹ ਇੱਕ ਚੰਗਾ ਗੀਤ ਲਿਖਣ ਕਰਕੇ ਉਹਨੂੰ سزا ਦਿੱਤੀ ਗਈ ਹੈ ਮੇਰੇ ਮੁਤਾਬਕ ਇਹ ਗੱਲ ਨਹੀਂ ਲੱਗਦੀ ਦਾ ਲੋਹੀ ਹੈ ਜਿਹੜੀ ਆਲਰੇਡੀ ਆਖੀ ਗਈ ਹੈ ਸਟੇਟ ਗਵਰਨਮੈਂਟ ਵੱਲੋਂ ਕਿ ਉਸ ਗੀਤ ਕਰਕੇ ਜਿਸ ਗੀਤ ਦੇ ਵਿੱਚ ਉਸਨੇ ਹਿੰਸਾ ਨੂੰ ਗੈਂਗਸਟਰ ਵਾਦ ਨੂੰ ਜਾਂ ਜਿਹੜਾ ਹਥਿਆਰਾਂ ਦੀ ਵਿਮਾਹ ਦੀ ਗੱਲ ਉਭਾਰ ਕੇ ਲਿਖੀ ਹੈ ਉਹਦੇ ਕਰਕੇ ਉਸ ਨੂੰ ਔਰ ਮੈਂ ਉਹ ਗੀਤ ਸੁਣਿਆ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਸ਼ਿਰੀਪੁਰਾਲ ਗਾਉਣ ਵਾਲਾ ਹੈ ਕਿ ਲਿਖਣ ਵਾਲਾ ਹੈ ਅੱਛਾ ਇੱਕ ਬੀਬਾ ਵਿੱਚ ਫਤਰੀ ਫਿਰਦੀ ਹੈ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਉਹ ਕੌਣ ਹੈ ਸੋ ਇਸ ਕਰਕੇ ਇਹ ਬੜਾ ਜਿਹੜਾ ਵੱਖਰੀ ਕਿਸਮ ਦਾ ਖਬਰਤਾਰਾ ਇਸ 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 ਗੀਤ ਨੇ ਉਭਾਰਿਆ ਖਾਸ ਕਰਕੇ ਜਿਹੜਾ ਜਾਨ ਗੀਤ ਸ਼ੈਤੋ ਦਾ ਨਾਮ ਮੇਰੇ ਖਿਆਲ ਤੇ ਉਸ ਗੀਤ ਦੇ ਵਿੱਚੋਂ ਇਹ ਗੱਲ ਉੱਪਰ ਤੇ ਸਾਹਮਣੇ ਨਹੀਂ ਮੇਰੇ ਸਾਹਮਣੇ ਨਹੀਂ ਆ ਰਹੀ ਵੀ ਉਹਨੇ ਗਾਇਆ ਕਿ ਉਹਨੇ ਲਾਇਰਿਕਸ ਵੀ ਉਹਦੇ ਲਿਖੇ ਹੋਏ ਨੇ ਆਵਾਜ਼ ਪਤਾ ਨਹੀਂ ਕੀ ਦੀ ਹੈ ਆਵਾਜ਼ ਵੀ ਬਹੁਤ ਨਹੀਂ ਕਿਉਂਕਿ ਅੱਜ ਕੱਲ ਸਾਰੀਆਂ ਆਵਾਜ਼ਾਂ ਕੰਪਿਊਟਰ ਇੱਕੋ ਜਿਹੀ ਕਰ ਦਿੰਦਾ ਸੋ ਇਸ ਕਰਕੇ ਸ਼੍ਰੀ ਬਰਾੜ ਦੀ ਜਿਹੜੀ ਇਸ ਵਕਤ ਗ੍ਰਫਤਾਰੀ ਹੈ ਉਹ ਸਵਾਲ ਤਾਂ ਖੜੇ ਕਰਦੀ ਹੈ ਇਹ ਨਾ ਕਿ ਮੈਂ ਕਹਿ ਸਕਦਾ ਕਿ ਸਵਾਲ ਨਹੀਂ ਖੜੇ ਕਰਦੀ ਸ਼ੱਕ ਵੀ ਪਾਉਂਦੀ ਹੈ ਪਰ ਜੇ ਬਾਕੀ ਕਿਸੇ ਜਿਹੜੇ ਉਸ ਮੂਰਤੇ ਦੇ ਵਿੱਚ ਸ਼ਾਮਲ ਹੋ ਰਹੇ ਗਾਇਕ ਨਹੀਂ ਜੇ ਉਹਨਾਂ ਦੇ ਕਿਸੇ ਕਿਸ ਨਾਲ ਰਾਬਤ ਨਹੀਂ ਹੈਗਾ ਉਸ ਤੋਂ ਵੀ ਵੱਧ ਖਤਰਨਾਕ ਗੀਤ ਜਿਹੜੇ ਨੇ ਜਾਂ ਉਸ ਤੋਂ ਵੀ ਚੰਗੇ ਗੀਤ ਜਿਹੜੇ ਨੇ ਬਹੁਤ ਸਾਰੇ ਲੋਕਾਂ ਹੋਰਾਂ ਨੇ ਵੀ ਗਾਏ ਨੇ ਆਪਣੇ ਮੁੰਡੇ ਨੇ ਗਾਏ ਨੇ ਕੀ ਨਾਮ ਆ ਰਣਜੀਤ ਬਾਵਾ ਨੇ ਗਾਏ ਨੇ ਹਰਫ ਚੀਮਾ ਨੇ ਗਾਏ ਨੇ ਸਾਡੇ ਕੰਵਰ ਗਰੇਵਾਲ ਨੇ ਗਾਏ ਨੇ ਪੰਮੀ ਬਾਈ ਨੇ ਗਾਏ ਨੇ ਰਬੋਤੋੜਾ ਪਲਾ ਕਰੇ ਰਵਿੰਦਰ ਗਰੇਵਾਲ ਨੇ ਗਾਏ ਨੇ ਕਿਹ ਕਿਨੇ ਨਹੀਂ ਗਾਏ ਸਾਰੇ ਨਹੀਂ ਗਾਏ ਨੇ ਪਰ ਕਿਸੇ ਨੂੰ ਕਿਸੇ ਨੇ ਫੁੱਲ ਦੀ ਵੀ ਨਹੀਂ ਮਾਰੀ ਕਿਸੇ ਨੇ ਉਹ ਵੀ ਨਹੀਂ ਕਿਹਾ ਇਹਦਾ ਮਤਲਬ ਇਹ ਹੈ ਕਿ ਕਹਾਣੀ ਜਿਹੜੀ ਹੈਗੀ ਆ ਉਹ ਸਿਰਫ ਕਿਸਾਨ ਐਨਥਮ ਦੀ ਨਹੀਂ ਹੈ ਉਸ ਤੋਂ ਕੁਝ ਵੱਧ ਵੀ ਹੈ ਸੋ ਇਸ ਕਰਕੇ ਮੈਂ ਇਹ ਵੀ ਬੇਨਤੀ ਕਰਾਂਗਾ ਐਡਮਿਨਿਸਟ੍ਰੇਸ਼ਨ ਨੂੰ ਕਿ ਵਾਰਨਿੰਗ ਜਰੂਰ ਦੇਣੀ ਚਾਹੀਦੀ ਹੈ ਕਿਉਂਕਿ ਕਿਸੇ ਵੀ ਗਲਤੀ ਪਹਿਲੀ ਤੇ ਉੱਤੇ ਇਡਾ ਡਰਾਸਟਿਕ ਸਟੈਪ ਜਿਹੜਾ ਹੈਗਾ ਕਈ ਵਾਰੀ ਜਵਾਨੀ ਨੂੰ ਗੁਬਰਾਹ ਵੀ ਕਰ ਦਿੰਦਾ ਨਾਲ ਦਿਨ ਨੂੰ ਇਹ ਲੱਗਣ ਲੱਗ ਜਾਂਦਾ ਕਿ ਇਹ ਸਟੈਪ ਇਹਦੇ ਦੀ ਕਿਉਂ ਵਰਨ ਕਰਨਾ ਪੈਂਦਾ ਔਰ ਸਟੇਟ ਨੂੰ ਆਪਣਾ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੀ ਲੋੜ ਹੈ ਜਿਹੜੀ ਬੜੇ ਚਿਰ ਤੋਂ ਕਲਚਰ ਪਾਲਿਸੀ ਦੀ ਗੱਲ ਆਪਾਂ ਕਰਦੇ ਆਂ ਕਲਚਰ ਫੇਅਰ ਡਿਪਾਰਟਮੈਂਟ ਦਾ ਸਿਸਟਮ ਵੀ ਡਿਵੈਲਪ ਹੋਣਾ ਚਾਹੀਦਾ ਜਿਸ ਚ ਉਹ ਆਪਣੀ ਐਡਵਾਈਜ਼ੀ ਜਿਹੜੀਆਂ ਨੇ ਸਿੰਗਰਸ ਨੂੰ ਲਿਖਣ ਵਾਲਿਆਂ ਨੂੰ ਵਕੂਫ ਸਮੇਂ ਤੇ ਜਾਰੀ ਕਰਨ ਕਿ ਕਿਸ ਕਿਸਮ ਦੇ ਗੀਤਾਂ ਦੇ ਰਾਤ ਰਿਆ ਜਾਵੇ ਜਿਹੜੇ ਸੋਸਾਇਟੀ ਨੂੰ ਪੈੜ ਵਾਲੇ ਪਾਸੇ ਜਾਣ ਤੋਂ ਰੁਕਣ ਔਰ ਅਛਾਈ ਵਾਲੇ ਪਾਸੇ ਤੋਰਨ ਹੁਣ ਗੱਲ ਇਹ ਆ ਕਿ ਜਦੋਂ ਸੰਘਰਸ਼ ਨਹੀਂ ਹੁੰਦਾ ਉਦੋਂ ਜਵਾਨੀ ਗਮਰਾ ਅਕਸਰ ਹੋ ਜਾਂਦੀ ਹੈ ਹੁਣ ਸੰਘਰਸ਼ ਹੈ ਤੇ ਸਾਰੇ ਗੀਤ ਬੜੇ ਪੋਜ਼ਿਟਿਵ ਆ ਰਹੇ ਨੇ ਜੀਵਨ ਜਿਹੜੇ ਆਮ ਗੀਤ ਆ ਰਹੇ ਨੇ ਉਹ ਵੀ ਚੰਗੇ ਆ ਰਹੇ ਨੇ ਬਿਲਕੁਲ ਇਹਦਾ ਮਤਲਬ ਜਦੋਂ ਪਾਣੀ ਹਰਕਤ ਨਹੀਂ ਹੁੰਦਾ ਉਦੋਂ ਬਦਬੂ ਮਾਰਦਾ ਜਦੋਂ ਪਾਣੀ ਹਰਕਤ ਚ ਹੋ ਜਾਂਦਾ ਉਹ ਪਾਣੀ ਸਵੱਛ ਹੋ ਜਾਂਦਾ ਨਿਰਮਲ ਹੋ ਜਾਂਦਾ ਨੀਰ ਬਣ ਜਾਂਦਾ ਇਸ ਕਰਕੇ ਜੀ ਜ਼ਿੰਦਗੀ ਦੇ ਵਿੱਚ ਵੀ ਸੰਘਰਸ਼ ਬੜਾ ਜ਼ਰੂਰੀ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸ਼੍ਰੀ ਬਰਾੜ ਦੇ ਗੀਤ ਦੇ ਮਾਮਲੇ ਦੇ ਵਿੱਚ ਇਸ ਤੋਂ ਵੱਧ ਹੋਰ ਮੇਰੇ ਕੋਲ ਆਖਣ ਲਈ ਕੁਝ ਨਹੀਂ ਹੈ ਜੀ ਗੱਲ ਸਭ ਗੱਲ ਕਰਦੇ ਆ ਯੂਕੇ ਦੇ ਪ੍ਰਧਾਨ ਮੰਤਰੀ ਦੀ ਉਹਨਾਂ ਨੇ ਭਾਰਤ ਆਉਣਾ ਸੀ ਤੇ ਅਚਾਨਕ ਹੀ ਉਹਨਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਕੀ ਕਹਿਣਾ ਚਾਹੋਗੇ ਇਸ ਬਾਰੇ ਉਹਨਾਂ ਨੇ ਆਉਣਾ ਸੀ ਸੱਦਿਆ ਸੀ ਦੋ ਗੱਲਾਂ ਪ੍ਰਮੁੱਖ ਨੇਕਤਾ ਵਿਰਿੰਦਰ ਸ਼ਰਮਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਬੇਸਿਕਲੀ ਜਲੰਧਰ ਦੇ ਨੇਪਰੂ ਲੰਡਨ ਤੋਂ ਮੈਂਬਰ ਪਾਰਲੀਮੈਂਟ ਨੇ ਉਹ ਤਨਮਨਜੀਤ ਸਿੰਘ ਢੇਸੀ ਜਿਹੜੇ ਉਹ ਵੀ ਜਲੰਧਰ ਦੇ ਨੇ ਪਰ ਉਹ ਵੀ ਉੱਥੇ ਮੈਂਬਰ ਪਾਰਲੀਮੈਂਟ ਨੇ ਪਲੱਸ ਹੋਰ ਕੁਝ ਉਹਨਾਂ ਦੇ ਜਿਹੜੇ ਇੱਕੋ ਜਿਹੀ ਸੋਚ ਵਾਲੇ ਲੋਕ ਸੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਹਿੰਦੁਸਤਾਨ 'ਚ ਕਿਸਾਨ ਅੰਦੋਲਨ ਚੱਲ ਰਿਹਾ ਕਿੰਨੇ ਲੋਕ ਜਿਹੜੇ ਨੇ ਸੜਕਾਂ 'ਤੇ ਬੈਠੇ ਨੇ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉੱਥੇ ਨਹੀਂ ਜਾਣਾ ਚਾਹੀਦਾ ਜੀ ਦਾਵੇਦਾਰ ਤੇ ਕਹਿੰਦੇ ਨੇ ਕਿ ਇਸ ਗੱਲ ਦਾ ਅਸਰ ਆ ਪਰ ਦੂਜੇ ਪਾਸੇ ਜਿੰਨੀ ਗ੍ਰਿਮ ਸਿਚੁਏਸ਼ਨ ਬਣ ਗਈ ਉੱਥੇ ਮਾੜੀ ਹਾਲਤ ਹੋ ਗਈ ਕੋਵਿਡ ਕਰਕੇ ਕਿਸੇ ਵੀ ਜ਼ਿੰਮੇਵਾਰ ਮੁਲਕ ਦਾ ਪ੍ਰਧਾਨ ਮੰਤਰੀ ਆਪਣੀ ਕੌਮ ਨੂੰ ਕਿਸੇ ਦੇ ਰਹਿਮ ਤੇ ਛੱਡ ਕੇ ਦੇਸ਼ ਤੋਂ ਬਾਹਰ ਅਕਸਰ ਨਹੀਂ ਜਾਂਦਾ ਸੋ ਇਸ ਕਰਕੇ ਜੌਨਸਨ ਸਾਹਿਬ ਦਾ ਵੀ ਨਾ ਆਉਣਾ ਮੈਨੂੰ ਲੱਗਦਾ ਕਿ ਕੋਵਿਡ ਵੱਡਾ ਕਾਰਨ ਹੈ ਦੂਸਰਾ ਕਾਰਨ ਇਹ ਵੀ ਹੋ ਸਕਦਾ ਹੈ ਕਿ اپੋਜੀਸ਼ਨ ਦੇ ਜਿਹੜੇ ਐਮਪੀਜ਼ ਨੇ ਜਿਹੜੇ ਉਹਨਾਂ ਨੂੰ ਕਹਿ ਰਹੇ ਸਨ ਕਿ ਤੁਸੀਂ ਨਾ ਜਾਓ ਉਸ ਦਾ ਕਿਣਕਾ ਮਾਤਰਾ ਦਾ ਰੋਲ ਵੀ ਹੋਵੇ ਪਰ ਵੱਡਾ ਕਾਰਨ ਕੋਵਿਡ ਦਾ ਹੀ ਮੰਨਿਆ ਜਾ ਸਕਦਾ ਹੈ ਔਰ ਉਸ ਦੇ ਨਾਲ ਭਾਰਤ ਨੂੰ ਆਉਣ ਨਾਲ ਲੰਮਾ ਜਿਹੜਾ ਫਾਇਦਾ ਵੀ ਕੋਈ ਨਹੀਂ ਸੀ ਹੁਣ ਤੇ ਜੇ ਹੁਣ ਨਹੀਂ ਆ ਰਹੇ ਤਾਂ ਨੁਕਸਾਨ ਵੀ ਕੋਈ ਨਹੀਂ ਹੋਣਾ ਪਰ ਕਿਉਂਕਿ ਇੱਕ ਰਸਮ ਬਣੀ ਹੋਈ ਹੈ ਕਿਸੇ ਨਾ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਅਸੀਂ ਅਕਸਰ ਸੱਦਦੇ ਆ ਸੋ ਉਸੇ ਨਾਲ ਨਾਲ ਇੱਕ ਖਾਸ ਚਰਚਾ ਜਿਹੜੀ ਸ਼ੁਰੂ ਹੋਈ ਹੈ ਉਹਦਾ ਆਧਾਰ ਇਹ ਹੀ ਲੱਗਦਾ ਕਿ ਕੋਵਿਡ ਕਰਕੇ ਸ਼ਾਇਦ ਉਹ ਔਰਤੋਂ ਆਪਣੇ ਤੋਂ ਟਲ ਗਏ ਨੇ ਨਾ ਕਿ ਇਸ ਗੱਲ ਕਰਕੇ ਕਿ ਕਿਸਾਨ ਬੈਠੇ ਨੇ ਇਹ ਵੀ ਕਾਰਨ ਹੋ ਸਕਦਾ ਕਿਉਂਕਿ 26 ਦੀ ਕਾਲ ਵੀ ਹੈ ਕਿ 26 ਨੂੰ ਅਸੀਂ ਟਰੈਕਟਰ ਲੈ ਕੇ ਵਧਾਂਗੇ ਟਕਰਾਅ ਦੀ ਸਥਿਤੀ ਦਾ ਡਰ ਜਿਹੜਾ ਅੱਜ ਮੈਨੂੰ ਬਹੁਤ ਵੱਧ ਗਿਆ ਮੇਰੇ ਮਨ ਦੇ ਵਿੱਚ ਕਿਉਂ ਟਕਰਾਉ ਜਿਹੜਾ ਕਿਤੇ ਉਹ ਪੜੰਤ ਵਿੱਚ ਨਾ ਤਬਦੀਲ ਹੋ ਜਾਵੇ ਸੋ ਇਸ ਕਰਕੇ ਉਹਨਾਂ ਦਾ ਨਾ ਆਉਣਾ ਜਿਹੜਾ ਉਹਦਾ ਪਿਛਲਾ ਪਾਸਾ ਜਿਹੜਾ ਹੈਗਾ ਉਹ ਇਹੀ ਲੱਗਦਾ ਕਿ ਕੋਵਿਡ ਦੀ ਜਿਹੜੀ ਇੱਕ ਮਹਾਮਾਰੀ ਉੱਥੇ ਦੁਬਾਰਾ ਸਿਰ ਚੁੱਕੀ ਹੈ ਨਵਾਂ ਵਾਇਰਸ ਜਿਹੜਾ ਇੱਕ ਹੋਰ ਉੱਥੇ ਡਰਲ ਪੋਕ ਸਟੇਜ ਆ ਗਿਆ ਉਹਦਾ ਉਹਦੇ ਕਰਕੇ ਸ਼ਾਇਦ ਉਹ ਆਉਣਾ ਮੁਲਤਵੀ ਕਰ ਗਿਆ ਜੀ ਗਿਲਸਬ ਬਾਬਾ ਲੱਖਾ ਸਿੰਘ ਨਾਨਕਸਰ ਜਿਹੜੇ ਸਰਕਾਰ ਨਾਲ ਵਿਚੋਲਗੀ ਦਾ ਦਾਵਾ ਕਰਦੇ ਸੀ ਤੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਉਹਨਾਂ ਨੇ ਮੁਲਾਕਾਤ ਵੀ ਕੀਤੀ ਹੈ। ਇਹਦੇ ਬਾਰੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰੋ। ਨਾਨਕਸਰ ਸਮprਦਾਇ ਦੇ ਇਸ ਵਕਤ ਇੱਕ ਸੈਕਸ਼ਨ ਦੇ ਮੁਖੀ ਨੇ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ ਉਹ ਅਚੰਚੇਤੀ ਮੈਂ ਕੱਲ ਜਦੋਂ ਵੇਖਿਆ ਤੇ ਉਹਦੇ 'ਚ ਲਿਖਿਆ ਸੀ ਕਿ ਜੀ ਉਹ ਵਿਚੋਲਗੀ ਕਰਨਗੇ। ਜੀ ਤੇ ਮੈਨੂੰ ਬੜੀ ਪਰੇਸ਼ਾਨੀ ਵੀ ਹੋਈ ਹੈਰਾਨੀ ਵੀ ਹੋਈ ਕਿਉਂਕਿ ਮੈਂ ਲੱਖਾ ਸਿੰਘ ਨੂੰ ਵੀ ਜਾਣਦਾ ਜੀ ਔਰ ਸਰਕਾਰੀ ਸਿਸਟਮ ਦੇ ਵਿੱਚ ਵੀ ਲੋਕਾਂ ਨੂੰ ਵੇਖਦਾ ਲੰਬੇ ਸਮੇਂ ਤੋਂ ਵੇਖਦਾ ਆ ਰਿਹਾ ਆ ਨਾ ਲਗਭਗ ਪਿਛਲੇ 50 ਸਾਲ ਦੇ ਵਿੱਚ ਮੈਂ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਚੋਲਗੀਆਂ ਕਰਦੇ ਆ ਵੀ ਦੇਖਿਆ ਖਾਸ ਕਰਕੇ ਪੰਜਾਬ ਸਮਝੌਤੇ ਵੇਲੇ ਉਹ ਕਿਹੜੇ ਲੋਕ ਨੇ ਕਿਵੇਂ ਕਰਦੇ ਨੇ ਕਿੰਨੇ ਛਾਤਰ ਹੁੰਦੇ ਨੇ ਔਰ ਲੱਖਾ ਸਿੰਘ ਮੈਂ ਤਾਂ ਹੈਰਾਨ ਆ ਵੀ ਇਹਨਾਂ ਪੋਲਾ ਪੰਛੀ ਕਿਵੇਂ ਫਸ ਗਿਆ ਇਹਨਾਂ ਦੇ ਚੱਕਰ ਦੇ ਵਿੱਚ ਕਿ ਜਾ ਕੇ ਉੱਥੇ ਜਦੋਂ ਬੈਠਿਆ ਹੀ ਵੇਖਿਆ ਮੈਂ ਨਰਿੰਦਰ ਦਤੂਮਰ ਉਹਨਾਂ ਨਾਲ ਮੈਂ ਕਹਿੰਦਾ ਗੱਲ ਇਹਨੇ ਕੀ ਕੀਤੀ ਹੈ ਕਿ ਤੇ ਬਹੁਤ ਸਦਾ ਚਿਤ ਜਿਹ ਇਨਸਾਨ ਹੈ ਜੀ ਇਹ ਕੀ ਗੱਲ ਕੀਤੀ ਹੋਏਗੀ ਜਦੋਂ ਮੀਡੀਆ ਚ ਸਾਰਿਆਂ ਨੇ ਇਵਨ ਬੀਬੀਸੀ ਤੱਕ ਜਾਣਕਾਰੀ ਦਿੱਤੀ ਕਿ ਲੱਖਾ ਸਿੰਘ ਇਹਦੇ ਚ ਵਿਚੋਲਗੀ ਕਰੇਗਾ ਤੇ ਮੈਂ ਕਹ ਵੀ ਇਹਦੇ ਆਖੇ ਕਿਹੜੇ ਲੱਗੇਗਾ ਇਹ ਤਾਂ ਇਹ ਤਾਂ ਕਨਵਿੰਸਿੰਗਲੀ ਕਹਿ ਨਹੀਂ ਸਕਦਾ ਕਿਸੇ ਜਥੇਬੰਦੀ ਨੂੰ ਕਿ ਤੁਸੀਂ ਮੇਰੀ ਫਲਾਣੀ ਗੱਲ ਮੰਨ ਲਓ ਤੇ ਨਾ ਹੀ ਸਰਕਾਰ ਦੀਆਂ ਜਿਹੜੀਆਂ ਇੱਕ ਬਰੀਕ ਤੰਦਾਂ ਨੇ ਉਹਨਾਂ ਨੂੰ ਸਮਝਣ ਦੀ ਸਮਰੱਥਾ ਉਸ ਇਨਸਾਨ ਦੀ ਕਿਉਂਕਿ ਉਹ ਪਰਮਾਰਥ ਤੋਂ ਵੀ ਨਾ ਹੋਰ ਪਦਾਰਥਲੇ ਇਰਾਦਾ ਪੇਤੀ ਹੈ ਨਹੀਂ ਸੋ ਜਦੋਂ ਤੋਮਰ ਨੇ ਵੀ ਅੱਜ ਰਿਜੈਕਟ ਕਰ ਦਿੱਤਾ ਕਿ ਮੈਂ ਇਸ ਕਿਸਮ ਦੀ ਕੋਈ ਵਿਚੋਲਗੀ ਦੀ ਆਫਰ ਪ੍ਰਵਾਨ ਨਹੀਂ ਕੀਤੀ ਤੇ ਜਥੇਬੰਦੀਆਂ ਨੇ ਕਿਹਾ ਤਾਂ ਕਿ ਸਾਨੂੰ ਮਹਾਪੁਰਖਾਂ ਦੀ ਇਸ ਕਿਸਮ ਦੀ ਵਿਚੋਲਗੀ ਦੀ ਲੋੜ ਨਹੀਂ ਹੈ ਸਿੱਧੀ ਗੱਲ ਅਸੀਂ ਕਰ ਸਕਦੇ ਹਾਂ ਅਸੀਂ ਕਾਬਿਲ ਹਾਂ ਇਸ ਗੱਲ ਦੇ ਤੇ ਨਾਲੇ ਮਹਾਪੁਰਖ ਆਪਣਾ ਸਾਡੇ ਲਈ ਅਰਦਾਸ ਕਰਨ ਸਾਨੂੰ ਇਸ ਕਿਸਮ ਦੇ ਰਾਮਾਂ ਤੇ ਨਾਦ ਤੁਰਨਾ ਨਾਬ ਤੁਰਨਾ ਤੁਰ ਉਹ ਤਾਂ ਮੈਨੂੰ ਇੰਜ ਲੱਗਦਾ ਵੀ ਜਿਵੇਂ ਕੋਈ ਦੋਸਤ ਮਿੱਤਰ ਲੈ ਗਿਆ ਹੁੰਦਾ ਵੀ ਤੁਹਾਡੀ ਚਲੋ ਮੁਲਾਕਾਤ ਕਰਾਉਣਾ ਬਾਬਾ ਜੀ ਤੁਸੀਂ ਮਾੜਾ ਮੋਟਾ ਆਖ ਦੇਖ ਕੇ ਦੇਖ ਲੋ ਉਹ ਸਾਦਗੀ ਜਿਹੀ ਚੱਲੇ ਚੱਲੇ ਗਿਆ ਲੱਗਦਾ ਆਦਰਵਾਇਜ਼ ਉਹ ਚ ਗੱਲ ਬਹੁਤ ਗੰਭੀਰਤਾ ਲੱਗਦੀ ਨਹੀਂ ਮੈਨੂੰ ਜੀ ਜਿਵੇਂ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਰ ਪਿਛਲੇ ਦਿਨੀ ਖੜਕ ਗਈ ਸੀ ਕਾਫੀ ਖਬਰਾਂ ਆਈਆਂ ਸੀ ਵੀ ਇਹਨਾਂ ਦੇ ਵਿਚਕਾਰ ਕੋਈ ਅਣਬਣ ਹੋ ਗਈ ਆ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਆਪਣੇ ਵਿਚਾਰ ਦੱਸੋ ਜੀ ਜਦੋਂ ਭਾਜਪਾ ਦਾ ਡੈਲੀਗੇਸ਼ਨ ਮਿਲਿਆ ਜਾ ਕੇ ਗਵਰਨਰ ਸਾਹਿਬ ਨੂੰ ਤਾਂ ਉਹਨਾਂ ਨੇ ਡੀਜੀਪੀ ਔਰ ਚੀਫ ਸੈਕਟਰੀ ਉਹਨਾਂ ਦੋਵਾਂ ਨੂੰ ਸੱਮਨ ਕੀਤਾ ਬੁਲਾਇਆ ਜੀ ਜਦ ਕਿ ਉਹ ਸਾਡੇ ਐਗਜ਼ੀਕਟਿਵ ਹੈਡ ਤਾਂ ਹੈ ਨੇ ਸਟੇਟ ਦੇ ਗਵਰਨਰ ਸਾਹਿਬ ਕਿਉਂਕਿ ਸਭ ਤੋਂ ਟਾਪ ਤੇ ਉਹੀ ਆਉਂਦੇ ਨੇ ਪਰ ਉਹ ਡਾਇਰੈਕਟ ਬਿਊਰੋਕ੍ਰਾਸੀ ਨੂੰ ਗਾਈਡਲਾਈਨ ਨਹੀਂ ਦੇ ਸਕਦੇ ਉਹਨਾਂ ਨੂੰ ਥਰੂ ਐਗਜ਼ੀਕਟਿਵ ਹੈਡ ਜਿਹੜਾ ਸਾਡਾ ਦੂਸਰਾ ਮੁੱਖ ਮੰਤਰੀ ਇਲੈਕਟਿਡ ਰੈਪ ਉਹਦੇ ਰਾਹੀਂ ਸਾਰੀ ਐਗਜ਼ੀਕਿਊਸ਼ਨ ਕਰਨੀ ਚਾਹੀਦੀ ਕਿਉਂਕਿ ਹੋਮ ਸੈਕਟਰੀ ਵੀ ਚੀਫ ਸੈਕਟਰੀ ਵੀ ਡੀਜੀਪੀ ਵੀ ਇਹ ਸਾਰੇ ਉਹਨਾਂ ਦੇ ਦੇਣ ਆਉਂਦੇ ਨੇ ਕਿਉਂਕਿ ਉਹ ਹੋਮ ਮਿਨਿਸਟਰ ਵੀ ਨੇ ਸੂਬੇ ਦੇ ਮੁੱਖ ਮੰਤਰੀ ਵੀ ਨੇ ਸੋ ਉਸ ਤੇ ਜਿਹੜਾ ਆਖਣਾ ਸੀ ਇਹਨਾਂ ਦਾ ਸੀਐਮ ਸਾਹਿਬ ਦਾ ਕੈਪਟਨ ਵਿਰਿੰਦਰ ਸਿੰਘ ਰੰਧਾਵਾ ਕਿ ਤੁਸੀਂ ਜੇ ਕੋਈ ਵੀ ਇਨਸਟਰਕਸ਼ਨ ਦੇਣੀ ਹੈ ਤਾਂ ਮੇਰੇ ਅਧਿਕਾਰੀਆਂ ਨੂੰ ਸਿੱਧੇ ਬੁਲਾਉਣ ਦਾ ਤੁਹਾਨੂੰ ਕੋਈ ਹੱਕ ਨਹੀਂ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਉਹਨਾਂ ਨਾਲ ਗੱਲ ਕਰਾਂਗਾ ਜਿਹੜਾ ਮਸਲਾ ਮੈਂ ਹੱਲ ਕਰਾਂਗਾ ਔਰ ਇਸ ਨਾਲ ਪ੍ਰਭਾਵ ਇਹ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਸਬ-ਆਫਿਸ ਵਾਂਗ ਗਵਰਨਰ ਦਾ ਰਾਜ ਭਵਨ ਕੰਮ ਕਰ ਰਿਹਾ ਉਹ ਕਹਿੰਦੇ ਜੇ ਤੁਹਾਨੂੰ ਇੰਨੀ ਜਲਦੀ ਕਾਹਲ ਸੀ ਐਕਸ਼ਨ ਲੈਣ ਦੀ ਤਾਂ ਤੁਸੀਂ ਉਸ ਫਾਈਲ ਤੇ ਐਕਸ਼ਨ ਕਿਉਂ ਨਹੀਂ ਲਿਆ ਜਿਹੜੀ ਫਾਈਲ ਸਟੇਟ ਅਸੈਂਬਲੀ ਨੇ ਪਾਸ ਕਰਕੇ ਤੁਹਾਨੂੰ ਭੇਜੀ ਸੀ ਕਿ ਤੁਸੀਂ ਗਵਰਨਰ ਸਾਹਿਬ ਨੂੰ ਨਹੀਂ ਤੁਸੀਂ ਰਾਸ਼ਟਰਪਤੀ ਸਾਹਿਬ ਨੂੰ ਭੇਜਣੀ ਸੀ ਸੋ ਤਲਕੀ ਤਾਂ ਹੋਈ ਪਰ ਉਹ ਸਿਧਾਂਤਕ ਤਲਕੀ ਸੀ ਉਸ ਵਿੱਚ ਕੋਈ ਪਰਸਨਲ ਜਾਤੀ ਤਲਕੀ ਵਾਲੀ ਕਹਾਣੀ ਬਹੁਤੀ ਨਹੀਂ ਸੀ ਜਿੰਨੀ ਮੀਡੀਆ ਨੇ ਉਛਾਲੀ ਹੈ ਜੀ ਜੀ ਗਿਲਸਾਭ ਹੁਣ ਸਮਾ ਸਾਨੂੰ ਇੱਥੇ ਰੁਕਣ ਦੀ ਇਜਾਜ਼ਤ ਸਮਾ ਸਾਨੂੰ ਇੱਥੇ ਰੁਕਣ ਦੀ ਮੰਗ ਕਰ ਰਿਹਾ ਸਮਾ ਕਿ ਇੱਥੇ ਅਸੀਂ ਹੁਣ ਰੁਕ ਜਾਈਏ ਤੁਸੀਂ ਬੜੇ ਸੁਚੱਜੇ ਢੰਗ ਦੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਰੱਖੇ ਨੇ ਤੇ ਸਾਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਗਿਲਸਾਭ ਸਾਡੇ ਨਾਲ ਤੁਸੀਂ ਜੁੜੇ ਹੋ ਇਸ ਲਈ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ ਮਿਹਰਬਾਨੀ ਬੱਚੇ ਬਹੁਤ ਮਿਹਰਬਾਨੀ ਸਵਲਿਨ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਕਰਨੀਆਂ ਪ੍ਰਕਿਰਿਆ ਸਰ ਮਿਹਰਬਾਨੀ ਇਸ ਦੇ ਨਾਲ ਹੀ ਮੈਨੂੰ ਸੁਵਲੀਨ ਕੋਰ ਜਸੜ ਨੂੰ ਦਿਓ ਆ ਗਿਆ ਧੰਨਵਾਦ